ਐਸੇ ਚੋਲਾ ਸਾਹਿਬ ਨੂੰ ਬਾਕੀ ਸਤਿਗੁਰਾਂ ਨੇ 52 ਰਾਜੇ ਨੂੰ ਰਹਿਤ ਰਾਇ ਸੀ ਹਮ ਬਾਬਾ ਸੂਰਤੀਆ ਜੀ ਨੂੰ ਪਿਆਰ ਦੇ ਵਿੱਚ ਉਹਨਾਂ ਨੇ ਪਿਆਰ ਦੇ ਵਿੱਚ ਉਹਨਾਂ ਨੇ ਪੇਟ ਦੇ ਦਿੱਤੇ ਵੀ ਉਹਨਾਂ ਸੇਵਾ ਜਦੋਂ ਵਿੱਚ ਚੋਲਾ ਸਾਹਿਬ ਨੂੰ ਦਰਸ਼ਨ ਕਰਦੇ ਹੋ ਤਾਂ ਐਂ ਲੱਗਦਾ ਨਾ ਵੀ ਜਿਵੇਂ ਗੁਰੂ ਘਰ ਕੋਲ ਸੈਜੇ ਦੇ ਦਰਸ਼ਨ ਪ੍ਰਤੱਖ ਖੜੇ ਨੇ ਵੀ 52 ਰਾਜੇ ਸਤਿਗੁਰਾਂ ਦੇ ਮਗਰ ਖੜੇ ਨੇ ਸਾਨੂੰ ਉਹ ਦ੍ਰਿਸ਼ਤ ਦਿਖਦਾ ਅਸੀਂ ਦੇਖਦੇ ਹਾਂ ਜਦੋਂ ਨਤਮਸਤਕ ਹੁੰਨੇ ਆ ਸਾਡੇ ਲੂੰਹ ਖੜੇ ਹੋ ਜਾਂਦੇ ਆ ਵੀ ਸਤਿਗੁਰੂ ਜੀ ਸਾਨੂੰ ਵੀ ਇਸ ਦੁਨੀਆ ਤੋਂ ਧਾਰ ਉਤਾਰ ਦੋ ਉਹ ਤਸਵੀਰ ਮੂਰੇ ਆ ਜਾਂਦੀ ਆ ਵੀ ਗੁਰੂ ਸਾਹਿਬ ਕਿੰਦਾ 52 ਰਾਜਿਆਂ ਨੂੰ ਛੁਡਵਾ ਕੇ ਲੈ ਕੇ ਆ ਰਹੇ ਤੇ ਬੰਦੇ ਨੂੰ ਐਂ ਲੱਗਦਾ ਵੀ ਜਿਹੜੀਆਂ ਵੀ ਮੇਰੇ ਮਨ ਦੇ ਵਿੱਚ ਕੋਈ ਵੀ ਅ ਮਨਪੁਰੀਏ ਸਤਗੁਰ ਜੀ ਮਰਾਜਪੁਰੀ ਹੋ ਜੇ ਕੋਈ ਟੈਨਸ਼ਨ ਆਣੇ ਉਹ ਸਭ ਕੁਝ ਨਿਕਲ ਜਾਵੇ ਹਾਂਜੀ ਸਤਨਾਮ ਵਾਹਿਗੁਰੂ ਇਹਦੇ ਵਿੱਚ ਜੀ ਸਾਰੀ ਉਹ ਪੰਜੀ ਬਣੀ ਜਿਹੜੇ 52 ਅਖਰੀ ਇਹ ਪੰਜ ਪੰਜ ਗ੍ਰੰਥੀ ਹੈ ਅੱਛਾ ਇਹਦੇ ਵਿੱਚ ਸਤਗੁਰਾਂ ਨੇ 45 ਦਿਨ ਆਪ ਇੱਥੇ ਬੈਠ ਕੇ ਜੇ ਨਿਤਨੇਮ ਕਰ ਰਹੇ ਸੀ ਉਹ ਤਾਂ ਸੰਪੂਰਨ ਸੀ ਸਾਨੂੰ ਸਿੱਖਿਆ ਦੇਣ ਵਾਸਤੇ ਸੀ ਇਹ ਸਿੰਘਾਂ ਦੇ ਨਾਲ ਆਪ ਸਿੰਘਾਂ ਨੂੰ ਜਿਹੜੇ ਸਿੰਘਾਂ ਤੋਂ ਜੰਦ ਕਰਾਉਣੇ ਸੀ ਉਹਨਾਂ ਤੋਂ ਤਪੱਸਿਆ ਵੀ ਕਰਾਉਣੀ ਸੀ ਸਤਿਗੁਰੂ ਨੇ ਅੱਛਾ ਉਹ ਆਪ ਫਿਰ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਆਪ ਤਖਤ ਤੇ ਬੈਠ ਕੇ ਨਿਤਨੇਮੁਨਾ ਦੇ ਸਾਹਮਣੇ ਕਰਦੇ ਸੀ ਤਾਂ ਵੀ ਸਿੰਘਾਂ ਤੇ ਵੀ ਇਸ ਗੱਲ ਦਾ ਵੀ ਸੰਪੂਰਨ ਭਾਵ ਪੈ ਸਕੀ ਤੇ ਸਤਿਗੁਰੂ ਨੇ ਫਿਰ ਸਿੰਘਾਂ ਤੋਂ ਵੀ ਭਜਨ ਪਾਠ ਕਰਾਇਆ ਉਹਨਾਂ ਨੂੰ ਨਿਤਨੇਮ ਬਖਸ਼ਿਆ ਤੱਪ ਕਰਾਇਆ ਫਿਰ ਸਿੰਘਾਂ ਨੂੰ ਜੰਗ ਕਰਾਇਆ ਸਤਿਗੁਰੂ ਨੇ ਸਿਹਰੀ ਲਖਨਾ ਦੇ ਨਾਲ ਸੁਨਹਿਰੀ ਪੱਤਰਾਂ ਤੇ ਕਾਲੀ ਸਿਆਹੀ ਦੇ ਨਾਲ ਕਾਲੀ ਸੁਨਹਿਰੀ ਪੱਤਰਾਂ ਤੇ ਲਿਖੀ ਹਾਂਜੀ ਇਹ ਸੁਨਹਿਰੀ ਪੁੱਤਰੇ ਨੇ ਦੇਖੋ ਸੋਨੇ ਦੀ ਸ਼ਹਿਾਈ ਨਾਲ ਲੱਗੀ ਹੋਈ ਹੈ ਇਹ ਸੋਨੇ ਦੀ ਸ਼ਹਿਾਈ ਦੇ ਨਾਲ ਸੁਨਹਿਰੀ ਪੱਤਰਿਆਂ ਦੇ ਉੱਪਰ ਇਹ ਹਾਂਜੀ ਸਾਰਾ ਕੀਤਾ ਗਿਆ ਤੇ ਇਹ ਸਭ ਤੋਂ ਵੱਡੀ ਗੱਲ ਹੈ ਦੇਖੋ ਉਹਦਾ ਕੋਈ ਕੰਪਿਊਟਰ ਨਹੀਂ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਸਾਈਡ ਤੇ ਜਿਹੜਾ ਵਰਕ ਕਿਸੇ ਸਾਹਮਣਾ ਕੀਤਾ ਗਿਆ ਵੀ ਹੈਂਡਵਰਕ ਹੈਂਡਵਰਕ ਹੈ ਸਾਰਾ ਚਤ ਨਾਮ ਵਾਹਿਗੁਰੂ ਇਹ ਥੱਲੇ ਖੂਈ ਸਾਹਿਬ ਹੈ ਉਸ ਖੂਈ ਦੇ ਵਿੱਚੋਂ ਜਲਛਾਪ ਛਕਦੇ ਰਹਿੰਦੇ ਥੱਲੇ ਐਸੇ ਸਤਿ ਸੰਤ ਸਤਗੁਰ ਦੀਵਾਨਸਾ ਜਾ ਕੇ ਸੰਤਾਂ ਨੂੰ ਮਿਲਦੀ ਸੀ ਜਤਨਾਮ ਵਾਹਿਗੁਰੂ ਮਾਤਾ ਜੀ ਕਹਿੰਦੇ ਮਹਾਰਾਜ ਜੀ ਫਲਾਣੀ ਕੰਦ ਦੇ ਨਾਲ ਬਣਿਆ ਹੋਇਆ ਸਤਗੁਰ ਗਏ ਉੱਪਰੋਂ ਜਾ ਕੇ ਢੱਕਣ ਖੋਲ ਕੇ ਇਸ ਤਰੀਕੇ ਨਾਲ ਦਾਣੇ ਛਾੜ ਦਿੱਤੇ ਤੇ ਬਚਲ ਕਰ ਦਿੱਤਾ ਲੈ ਮਾਤਾ ਜੀ ਤੂੰ ਬਾਦ ਕੱਡ-ਕੱਡ ਖਾਈ ਜਾ ਫਤੂ ਮੁੱਕੂ ਨਹੀਂ ਪਰ ਉੱਪਰ ਨਾਲ ਢੱਕਣ ਚੱਕ ਜੇ ਤੁਸੀਂ ਨਹੀਂ ਦੇਖਣਾ ਜੇ ਤੁਹਾਨੂੰ ਲੋੜ ਹੈ ਥੱਲੇੋਂ ਢੱਕਣ ਖੁੱਲਿਓ ਦਾਣੇ ਕੱਢਿਓ ਤੇ ਪ੍ਰਸ਼ਾਦਾ ਤਿਆਰ ਕਰਿਓ ਇਸੇ ਤਰ੍ਹਾਂ 180 ਸਾਲ ਉਹਨਾਂ ਦੇ ਪੰਜ ਪੁਸਤਕਾਂ ਕੁਸ ਦੇ ਵਿੱਚੋਂ ਲੰਗਰ ਚੱਲਦਾ ਰਿਹਾ ਜਿਹੜਾ ਸਾਡਾ ਹੱਕ ਹੈ ਸਾਡੇ ਕੋਲੇ ਰਹਿ ਜਾਵੇ ਸਾਨੂੰ ਕੋਈ ਲੁੱਟ ਕੇ ਨਾ ਲੈ ਕੇ ਜਾ ਸਕੇ ਅੱਛਾ ਉਦੋਂ ਸਤਿਗੁਰਾਂ ਨੇ ਕਿਹਾ ਸੀ ਭਾਈ ਪਿੰਡ ਕਢਾਣੀ ਤੇ ਚੜਿਆ ਦੁਸ਼ਮਣਾਂ ਕੋਈ ਕਦੇ ਜਿੱਤ ਕੇ ਨਹੀਂ ਜਾਊਗਾ ਸਾਨੂੰ ਵਾਰ ਦਿੱਤੇ ਸਤਿਗੁਰਾਂ ਨੇ ਇਸ ਪਿੰਡ ਨੂੰ ਵਾਰਿਆ ਵੀ ਕੋਈ ਚੜ ਕੇ ਨਹੀਂ ਆ ਸਕੇ ਇਸ ਪਿੰਡ ਤੋਂ ਵਾਰੂ ਚੜ ਕੇ ਆਇਆ ਦੁਸ਼ਮਣ ਕਦੇ ਜਿੱਤ ਕੇ ਨਹੀਂ ਜਾਊਗਾ ਜਿੱਤ ਕੇ ਨਹੀਂ ਜਾਊਗਾ ਮੋਦੀ ਖਾਕ ਕੇ ਜਾਊਗਾ ਸਤਨਾਮ ਵਾਹਿਗੁਰੂ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਨੇ ਉਹ 52 ਜਿਹੜੇ ਉਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਉੱਥੇ ਕੈਦ ਨਹੀਂ ਰਹਿਣ ਦਿੱਤਾ ਅੱਜ ਅਸੀਂ ਸਿੰਘ ਜੇ ਕਿਤੇ ਫਸ ਜਾਂਦੇ ਹਾਂ ਕੁਝ ਹੋ ਸਕਦਾ ਗੁਰੂ ਸਾਹਿਬ ਸਾਨੂੰ ਕਿੱਦਾਂ ਕੱਲੇ ਛੱਡ ਦੇਣ ਨਹੀਂ ਤਾਂ ਪਹਿਲਾਂ ਤਾਂ ਗੁਰੂ ਸਾਹਿਬ ਦੀ ਫਤਿਹ ਦੀ ਸਾਚ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹੀ ਚੋਲਾ ਸਾਹਿਬ ਹੈ ਜਿਸ ਦੇ ਨਾਲ ਗੁਰੂ ਸਾਹਿਬ ਨੇ 52 ਰਾਜਿਆਂ ਨੂੰ ਰਿਹਾ ਕਰਾਇਆ ਸੀ ਹਾਂਜੀ ਇਹ ਮਹਾਰਾਜਾ ਸ਼ੇਮੇ ਪਾਸ਼ਾ ਨੇ ਜਦੋਂ 52 ਰਾਜਿਆਂ ਨੂੰ ਰਿਹਾ ਕਰਾ ਕੇ ਅਕਾਲ ਤਖਤ ਸਭ ਤੇ ਜਾ ਕੇ ਮੀਰੀ ਪੀਰੀ ਦੇ ਤਲਵਾਰਾਂ ਪਹਿਨ ਕੇ ਇੱਕੋ ਹੀ ਨਿਸ਼ਾਨਾ ਠਾਣਿਆ ਸੀ ਭਾਈ ਨੌਜਵਾਨ ਸਿੰਘਾਂ ਦੀ ਭਰਤੀ ਕਰਨੀ ਹੈ ਜੰਗਾਂ ਚ ਦੀ ਤਿਆਰੀ ਕਰਨੀ ਹੈ ਹਮ ਸ਼ਸਤਰ ਤੇ ਘੋੜੇ ਇਕੱਠੇ ਕਰਨੇ ਨੇ ਉਹ ਸਮੇਂ ਸਤਗੁਰ ਪਿੰਡਾਂ ਦਾ ਦौरा ਕਰਦੇ ਹੁੰਆਂ ਸੰਨ 1888 ਇਸਵੀ ਨੂੰ ਸਾਡੇ ਪਿੰਡ ਗੁਰਦੁਆਰਾ ਕਢਾ ਪਿੰਡ ਕਢਾਣੀ ਕਲਾਂ ਵੇਖੇ ਮਹਾਰਾਜਿਆਂ ਨੇ ਚਰਨ ਪਾਏ ਐਸ ਪਿੰਡ ਦੇ ਵਿੱਚ ਮਰਵਾ ਖੱਤਰੀ ਬਾਬਾ ਸੂਰਤਿਆ ਜੀ ਜਿਨ੍ਹਾਂ ਨੇ ਮਹਾਰਾਜਿਆਂ ਦੀ ਸੇਵਾ ਕੀਤੀ ਸਤਗੁਰ 45 ਦਿਨ ਆਪਣੀ ਫੌਜਾਂ ਸਮੇਤ ਉਹਨਾਂ ਦੇ ਘਰ ਵਿਖੇ ਰਹੇ ਤੇ ਮਹਾਰਾਜਿਆਂ ਨੇ ਸਾਡੇ ਪਿੰਡ ਦੇ ਵਿੱਚ 45 ਦਿਨ ਰਹਿ ਕੇ ਲਖਿਆਣੇ ਟੋਬੇ ਦੇ ਕਿਨਾਰੇ ਸਿੰਘਾਂ ਤੋਂ ਅਤੇ ਆਪ ਅਜਨਵੀ ਕੀਤਾ ਸਵਾ ਮਹੀਨਾ ਤੇ ਸਿੰਘਾਂ ਤੋਂ ਪਜਲ ਕਰਾਇਆ ਬਾਬਾ ਸੂਰਤਿਆ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਸਤਗੁਰਾਂ ਨੇ ਬਾਬਾ ਸੂਰਤਿਆ ਜੀ ਨੂੰ ਇਹ ਨਿਸ਼ਾਨੀਆਂ ਬਖਸ਼ੀਆਂ ਸਨ ਇੱਕ 52 ਕੜੀਆਂ ਵਾਲਾ ਚੋਲਾ ਇੱਕ ਪੈਰ ਦਾ ਜੋੜਾ ਤੇ ਪੰਜ ਗਰੰਥੀ ਸਾਹਿਬ ਸੁਨੈਰੀ ਅੱਖਰਾਂ ਵਾਲੀ ਜਿਸ ਨਾਲ ਸਤਿਗੁਰ ਆਪ ਨੇ ਨਿਤਨੇਮ ਕਰਿਆ ਕਰਦੇ ਸੀ ਸਾਨੂੰ ਸਿੱਖਿਆ ਦੇਣ ਵਾਸਤੇ ਸੋ ਸਤਿਗੁਰ ਨੇ ਆਪ ਪਰ ਕਿਰਪਾ ਕੀਤੀ ਸਾਡੇ ਪਿੰਡ ਦੇ ਵਿੱਚ ਰਹਿ ਕਰਕੇ 45 ਦਿਨ ਸਵਾ ਮਹੀਨਾ ਆਪ ਭਜਨ ਕੀਤਾ ਤੇ ਸੰਗਤਾਂ ਤੋਂ ਕਰਵਾਇਆ ਇਸ ਪਿੰਡ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਸ਼ੋਭਿਤ ਹਨ ਸਭ ਤੋਂ ਪਹਿਲਾਂ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਸਤਿਗੁਰ ਆਪ ਆ ਕੇ ਦਮ ਲਿਆਤੇ ਫਕੀਰ ਕੋਲ ਬੈਠੇ ਸੀ ਸਭ ਤੋਂ ਪਹਿਲਾਂ ਝਾੜੀਆਂ ਦੇ ਵਿੱਚ ਪਿੰਡ ਤੋਂ ਬਾਹਰ ਫਕੀਰ ਜੀਆ ਨੇ ਸਤਗੁਰਾਂ ਦੀ ਸੇਵਾ ਕੀਤੀ ਪਿੰਡ ਦੇ ਵਿੱਚ ਪਤਾ ਲੱਗਿਆ ਬਾਬਾ ਸੂਰਤੀਆ ਜੀ ਆਪਣੇ ਪਰਿਵਾਰ ਸਮੇਤ ਸਤਗੁਰਾਂ ਦੇ ਚਰਨਾਂ ਦੇ ਵਿੱਚ ਟਹਿਟੇਰੀ ਹੋਈ ਜਾ ਕੇ ਬੇਨਤੀ ਕੀਤੀ ਸਤਗੁਰ ਸਾਡੀ ਗਰੀਬਾਂ ਦੇ ਗ੍ਰਹਿ ਨੂੰ ਪਵਿੱਤਰ ਕਰੋ ਚਲੋ ਚਰਨ ਪਾਧੋ ਸਤਗੁਰਾਂ ਨੇ ਬੇਨਤੀ ਪ੍ਰਵਾਨ ਕੀਤੀ ਬਾਬਾ ਸੂਰਤੀਆ ਜੀ ਦੇ ਘਰੇ ਆਏ ਜਲਪਾਣੀ ਛਕਿਆ ਸੰਗਤਾਂ ਦਾ ਇਕੱਠ ਹੋਇਆ ਬਚਨ ਬਿਲਾਸ ਕਰਦੇ ਆ ਦਿਨ ਢਲ ਗਿਆ ਬਾਬਾ ਸੂਰਤੀਆ ਜੀਆ ਤੇ ਉਹਨਾਂ ਦੇ ਘਰੋਂ ਬੀਬੀ ਹਰਦੋਈ ਜੀ ਦੋਹਾਂ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ ਸਤਿਗੁਰੂ ਜੀ ਹੁਣ ਸੰਧਿਆ ਹੋ ਗਈ ਆਪ ਜੀ ਕਿਰਪਾ ਕਰਿਓ ਰਾਤ ਰੋ ਸਵੇਰੇ ਚਲੇ ਜਾਇਓ ਹੂੰ ਸੋ ਸਤਗੁਰਾਂ ਦੇ ਨਾਲ ਸਿੰਘਾਂ ਦਾ ਕਾਫਲਾ ਵੀ ਸੀ ਸੰਗਤਾਂ ਵੀ ਹੋਣਗੀਆਂ ਤੇ ਸਤਿਗੁਰ ਕਹਿੰਦੇ ਭਾਈ ਐਸੀ ਫਿਰ ਕੱਲ੍ਹੇ ਆਕਾ ਜਾਵਾਂਗੇ ਨਹੀਂ ਸਤਿਗੁਰ ਜੀ ਆਪ ਜੀ ਰਹਿਣਾ ਕਰੋ ਸੋ ਉਸ ਵੇਲੇ ਬਾਬਾ ਸੂਰਤਿਆਂ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਪਿੰਡ ਦਾ ਇੱਕ ਲਖਿਆਣਾ ਤੋਬਾ ਜਿਸ ਤੇ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਆ ਕਿ ਪਾਣੀ ਵੀ ਪਿੰਦੇ ਨੇ ਆਪ ਜੀ ਕਹੋ ਤਾਂ ਸਿੰਘਾਂ ਵਾਸਤੇ ਉੱਥੇ ਤੰਬੂ ਲਗਵਾ ਕੇ ਤਿਆਰੀ ਕਰ ਦੀਏ ਸੱਚੇ ਪਾਤਸ਼ਾਹ ਕਹਿੰਦੇ ਚਲੋ ਭਾਈ ਸਾਨੂੰ ਜਗ੍ਹਾ ਦਿਖਾਓ ਬਾਬਾ ਸੂਰਤਿਆ ਜੀ ਮਹਾਰਾਜੇ ਮੈਂ ਪਾਤਸ਼ਾਹ ਤੇ ਹੋਰ ਮੈਂ ਮੈਂ ਸਿੱਖ ਉਹਨਾਂ ਦੀ ਗਏ ਜਿੱਥੇ ਗੁਰਦੁਆਰਾ ਨਿਮ ਸਰ ਸਾਹਿਬ ਸੁਸ਼ੋਭਿਤ ਉਸ ਲਖਿਆਣੀ ਟੋਭੇ ਦੀ ਦੇਖ ਕੇ ਸਤਗੁਰ ਖੁਸ਼ ਹੋ ਜਾਂਦੇ ਹਨ ਕਹਿੰਦੇ ਬਾਬਾ ਜੀ ਸਾਡਾ ਜੀ ਕਰਦਾ ਇੱਥੇ ਸਵਾ ਮਹੀਨਾ ਭਜਨ ਕਰੀਏ ਸਤਗੁਰਾਂ ਨੇ ਬਾਬਾ ਸੂਰਤੀਆ ਜੀ ਨੇ ਇਹ ਗੱਲ ਸੁਣ ਕੇ ਖੁਸ਼ ਹੋਏ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਸਤਿਗੁਰੂ ਜੀ ਹੋਰ ਮੈਨੂੰ ਕੀ ਚਾਹਦਾ ਮੈਨੂੰ ਤਾਂ ਇੱਕ ਸਾਬ ਜੀਆਂ ਦੇ ਚਰਨਾਂ ਦੀ ਸੇਵਾ ਮਿਲਦੀ ਹੈ ਆਪ ਜੀ ਰਹਿਣਾ ਕਰੋ ਸਤਿਗੁਰਾਂ ਨੇ ਟਾਈਮ ਟੇਬਲ ਬਣਾ ਕੇ ਰਹਿਸ ਬਾਬਾ ਸੂਰਤੀਆ ਜੀ ਦੇ ਘਰ ਰੱਖ ਲਈ ਰੱਖ ਲਈ ਤੇ ਰਾਤ ਨੂੰ ਅੰਮ੍ਰਿਤ ਵੇਲੇ ਉੱਠ ਕੇ ਜਾ ਕੇ ਉਸ ਲਖਿਆਣੇ ਟੋਬੇ ਤੇ ਆਪ ਸੰਗਾਂ ਦੇ ਨਾਲ ਬੈਠ ਕੇ ਭਜਨ ਕਰਿਆ ਕਰਦੇ ਸੀ ਬਾਬਾ ਸੂਰਤੀਆ ਜੀ ਨੇ ਸਰਦਾ ਦੇ ਵਿੱਚ ਇੱਕ ਸਤਿਗੁਰਾਂ ਨੂੰ ਮੰਜੀ ਸਾਹਿਬ ਭੇਟ ਕੀਤੀ ਜਿਸ ਤੇ ਬੈਠ ਕੇ ਆਸਣ ਲੱਗਦਾ ਸੀ ਸਤਿਗੁਰਾਂ ਦਾ ਤੇ ਸਤਗੁਰ ਆਸਣ ਤੇ ਆਪਣੇ ਵਿਰਾਜਮਾਨ ਹੋ ਕੇ ਭਜਨ ਕਰਿਆ ਕਰਦੀ ਸੀ ਤੇ ਸੰਗ ਥੱਲੇ ਪੁੰਜੇ ਲਾ ਲਿੰਦੇ ਸੀ ਅਸਾਂ ਉਹ ਮੰਜੀ ਸਾਹਿਬ ਦਾ ਬਾਣ ਅੱਜ ਵੀ ਸਾਡੇ ਕੋਲੇ ਗੁਰਦੁਆਰਾ ਨਿਮਸਰ ਸਾਹਿਬ ਵਿਖੇ ਸਜੋਬਿੱਤਾ ਹੈ ਹੂੰ ਹੂੰ ਐਸੇ ਤਰ੍ਹਾਂ ਸਤਗੁਰਾਂ ਨੇ અપਾਰ ਕਿਰਪਾ ਕੀਤੀ ਹੈ ਨਿਮਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਮਤੀ ਦਾਤਨ ਕੀਤੀ ਉਹ ਲਖਿਆਣੇ ਤੋਬੇ ਦੇ ਕੰਡੇ ਤੇ ਗੜ ਦਿੱਤੀ ਸੀ ਜੋ ਕਿ ਬਹੁਤ ਭਾਰੀ ਨਿਮ ਹੋਈ ਉਸ ਗੁਰੂ ਘਰ ਦਾ ਨਾਮ ਨਿਮਸਰ ਆਹੀ ਰੱਖਿਆ ਗਿਆ ਐਸੇ ਤਰ੍ਹਾਂ ਐਸਾ ਸਥਾਨ ਤੇ ਸਤਗੁਰ ਪਹਿਲੇ ਦਿਨ ਆਏ ਸਿੰਘਾਂ ਨੂੰ ਹੁਕਮ ਕਰ ਦਿੱਤਾ ਭਾਈ ਸਿੰਘੋ ਕੋਈ ਲੱਕੜ ਦਾ ਕਿਲਾ ਗੱਡ ਕੇ ਘੋੜਾ ਬੰਨੋ ਇੱਕ ਮਾਤਾ ਜੀ ਦੇ ਚੁੱਲ੍ਹੇ ਦੇ ਵਿੱਚ ਸੁੱਕੀ ਨਿੰਮੀ ਦੀ ਲੱਕੜ ਜਲ ਰਹੀ ਸੀ ਉਹ ਮਾਤਾ ਜੀ ਕਹਿੰਦੀ ਵੀ ਸਾਰੀ ਸੇਵਾ ਮਹਾਰਾਜ ਜੀ ਨੇ ਬਾਬੇ ਸੂਰਤੀ ਜੀ ਨੂੰ ਬਖਸ਼ ਦਿੱਤੀ ਸਤਗੁਰ ਕਿਰਪਾ ਕਰੋ ਥੋੜੀ ਜੀ ਸੇਵਾ ਮੇਰੀ ਵੀ ਲੈ ਲਓ ਸਿੰਘਾਂ ਨੂੰ ਹੱਥ ਲਵਾ ਕੇ ਲੱਕੜ ਤੇ ਮਾਤਾ ਜੀ ਨੇ ਕਿਲਾ ਗੜਵਾਤਾ ਘੋੜਾ ਬੰਨਣ ਵਾਸਤੇ ਜੋ ਕਿ ਅੱਜ ਨਿੰਮ ਦੇ ਰੂਪ ਦੇ ਵਿੱਚ ਬਹੁਤ ਭਾਰੀ ਸ਼ੋਭਿਤ ਹੈ ਸ਼ੋਭਿਤ ਹੈ ਗੁਰਦੁਆਰਾ ਚੁਲਾ ਸਾਹਿਬ ਐਸੇ ਤਰ੍ਹਾਂ ਬਾਬੇ ਸੂਰਤਿਆਂ ਜੀ ਦੇ ਘਰ ਵਿੱਚ ਜਿੱਥੇ ਗੁਰਦੁਆਰਾ ਹਵੇਲੀ ਸਾਹਿਬ ਸਜੋਬਿਤ ਉਹਨੂੰ ਪਢੋਲਾ ਸਾਹਿਬ ਵੀ ਕਿਹਾ ਜਾਂਦਾ ਪਢੋਲਾ ਸਾਹਿਬ ਤਾਂ ਕਿਹਾ ਜਾਂਦਾ ਉਹਨਾਂ 45 ਦਿਨਾਂ ਦੇ ਵਿੱਚ ਸਤਗੁਰਾਂ ਨੇ ਕੋਤਕ ਵਰਤਾਇਆ ਬਾਬੇ ਸੂਰਤਿਆਂ ਜੀ ਦੇ ਘਰ ਦਾ ਲੰਗਰ ਮਸਤਾਨਾ ਹੋ ਗਿਆ ਹਾਂ ਮਾਤਾ ਹਰਦਵੀ ਜੀ ਸ਼ਰਮਿੰਦਾ ਹੋਏ ਪ੍ਰਸਾਦਾਨਾ ਦਾ ਮਤਲਬ ਵੀ ਲੰਗਰ ਪੂਰਾ ਮਤਲਬ ਘਟ ਥੜ ਗਿਆ ਥੋੜਾ ਗਿਆ ਹਾਂ ਤੇ ਮਮਤਾ ਜੀ ਸ਼ਰਮਿੰਦਾ ਹੋਏ ਕਹਿੰਦੇ ਭਾਈ ਸਿੰਘਾਂ ਨੂੰ ਕਹਿੰਦੇ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਆਪਾਂ ਗਵਾਂਢ ਤੋਂ ਰਸਤ ਲਿਆ ਕੇ ਲੰਗਰ ਤਿਆਰ ਕਰਾਂਗੇ ਹੂੰ ਸਤਿਗੁਰ ਆਪ ਜਾਣੀ ਜਾਨਸਨ ਮਾਤਾ ਜੀ ਨੂੰ ਕੋਲ ਬੁਲਾ ਕੇ ਕਹਿੰਦੇ ਨਹੀਂ ਮਾਤਾ ਕਿਸੇ ਦੇ ਘਰੇ ਮੰਗਣ ਨਹੀਂ ਜਾਣਾ ਹੂੰ ਲੋਕ ਕੀ ਕਹਿਣਗੇ ਇਹ ਤਾਂ ਇਹਨਾਂ ਨੇ ਜਿਹੜਾ ਕੁਸੀ ਉਹ ਵੀ ਖਾ ਲਿਆ ਸਤਿਗੁਰ ਇਹਨਾਂ ਨੂੰ ਕੀ ਦੇ ਦੇਣਗੇ ਹੂੰ ਮਾਤਾ ਜੀ ਅੱਖਾਂ ਭਰਿਆ ਹੀ ਨਹੀਂ ਸਤਿਗੁਰ ਜੀ ਲੰਗਰ ਤਾਂ ਸਿੰਘਾਂ ਨੂੰ ਛਕਾਉਣਾ ਹੀ ਆ ਹਾਂ ਮਾਤਾ ਲੰਗਰ ਛਕਾਵਾਂਗੇ ਤੁਸੀਂ ਐਦਾਂ ਕਰੋ ਜਿਹੜੀ ਚੱਕੀ ਤੁਹਾਡੀ ਪਹਿਲਾਂ ਮਾਤਾ ਬਾਹ ਹੱਥਾਂ ਨਾਲ ਆਟਾ ਪੀਸਦਿਆ ਸੀ ਜਿਹੜੀ ਚੱਕੀ ਨਾਲ ਤੁਸੀਂ ਆਟਾ ਪੀਸਦੇ ਹੋ ਉਸ ਦਾ ਉੱਪਰਲਾ ਪੂੜਾ ਚੱਕੇ ਉਸ ਦੇ ਕਿੱਲੀ ਦੇ ਨਾਲ 2-4 ਟੁੱਟੇ ਹੋਏ ਦਾਣੇ ਹੋਣਗੇ ਸਾਡੇ ਕੋਲੇ ਲੈ ਕੇ ਆਵੋ। ਹਮ ਮਾਤਾ ਜੀ ਨੇ ਬਚਨ ਮੰਨਿਆ ਜਾ ਕੇ ਗਏ ਚੱਕੀ ਦਾ ਪੂੜਾ ਚੱਕਿਆ ਉਸ ਦੇ ਵਿੱਚੋਂ ਟੁੱਟੇ ਹੋਏ 2-4 ਦਾਣੇ ਇਕੱਠੇ ਕੀਤੇ। ਹਮ ਦੇਖਦੇ ਦੇਖਦੇ ਸਤਿਗੁਰਾਂ ਨੇ ਹੱਥ ਦੀ ਹਥਿਆੜੀ ਤੇ ਧਰ ਕੇ ਮੁਠੀ ਬੰਦ ਕਰ ਲਈ। ਹਮ ਜਿਸ ਤਰ੍ਹਾਂ ਹੁਣ ਸਾਡੇ ਕੋਲੇ ਢੋਲ ਰੱਖੇ ਹੁੰਦੇ ਨੇ ਕਣਕਾ ਦੇ ਪਹਿਲਾਂ ਬਜ਼ੁਰਗ ਮਾਤਾਵਾਂ ਦੇ ਪੜੋਲੇ ਬਣਾਏ ਹੁੰਦੇ ਸੀ। ਉਹ ਪੜੋਲਿਆਂ ਦੇ ਵਿੱਚ ਦਾਣੇ ਰੱਖਦੇ ਹੁੰਦੀਆਂ ਸੀ। ਹਮ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਤਰਾ ਢੋਲਾ ਕਿੱਥੇ ਆ ਮਾਤਾ ਜੀ ਕਹਿੰਦੇ ਮਹਾਰਾਜ ਜੀ ਫਲਾਣੀ ਕੰਧ ਦੇ ਨਾਲ ਬਣਿਆ ਹੋਇਆ ਸਤਗੁਰ ਗਏ ਉੱਪਰੋਂ ਜਾ ਕੇ ਢੱਕਣ ਖੋਲ ਕੇ ਇਸ ਤਰੀਕੇ ਨਾਲ ਦਾਣੇ ਛਾੜ ਦਿੱਤੇ ਤੇ ਬਚਨ ਕਰ ਦਿੱਤਾ ਲੈ ਮਾਤਾ ਜੀ ਤੋਂ ਬਾਅਦ ਕੱਡ-ਕੱਡ ਖਾਈ ਜਾਏ ਤੁ ਤੋਂ ਮੁੱਕੂ ਨਹੀਂ ਪਰ ਉੱਪਰ ਲਟਕਣ ਚੱਕੇ ਤੁਸੀਂ ਨਹੀਂ ਦੇਖਣਾ ਜੇ ਤੁਹਾਨੂੰ ਲੋੜ ਹੈ ਥੱਲੇੋਂ ਢੱਕਣ ਖੋਲਿਓ ਦਾਣੇ ਕੱਢਿਓ ਤੇ ਪ੍ਰਸ਼ਾਦਾ ਤਿਆਰ ਕਰਿਓ اسی طرح 180 سال ਉਹਨਾਂ ਦੇ ਪੰਜ ਪੁਸਤਕਾਂ ਕੁੱਸ ਦੇ ਵਿੱਚੋਂ ਲੰਗਰ ਚੱਲਦਾ ਰਿਹਾ। ਉਪੜੋਲਾ ਜਿਹੜਾ ਅੱਜ ਵੀ ਮੈਂ ਉੱਥੇ ਗਿਆ ਗੁਰਦਾਰਾ ਸਾਹਿਬ ਉੱਥੇ ਵੀ ਗੁਰਦਾਰਾ ਸਾਹਿਬ ਉਹ ਦੇਖਿਆ ਮੈਂ ਤੇ ਉਹਦੇ ਵਿੱਚੋਂ ਦਾਣੇ ਇੱਦਾਂ ਹੀ ਨਿਕਲਦੇ ਰਹੇ 180 ਸਾਲ। ਸਰ ਉਹ ਅਸਲ ਤਾਂ ਨਹੀਂ ਹੈਗਾ ਸਾਡੇ ਕੋਲੇ। ਉਹ ਨਮੂਨਾ ਬਣਾ ਕੇ ਰੱਖਿਆ। ਉਹ ਨਮੂਨਾ ਬਣਾ ਕੇ ਰੱਖਿਆ। ਕਿਉਂਕਿ ਉਹਨਾਂ ਸਮੇਂ ਦੇ ਵਿੱਚ ਮਕਾਨ ਕੱਚੇ ਹੁੰਦੇ ਸੀ ਤੇ ਉਹ ਮਕਾਨ ਕਾਫੀ ਸਮੇਂ ਬੰਦ ਰਹਿਣ ਕਰਕੇ ਬਾਰਸ਼ਾਂ ਦੇ ਨਾਲ ਢਹ ਢੇਰੀ ਹੋ ਚੁੱਕਿਆ ਸੀ। ਇਸ ਥਾਂ ਬਾਅਦ ਚ ਬਣਿਆ ਹਮ ਪਰ ਉਹ ਸਥਾਨ ਵੋਹੀ ਹੈ ਜਿੱਥੇ ਸਤਗੁਰਾਂ ਨੇ 45 ਦਿਨ ਰੈਸ ਰੱਖੀ ਬਾਬੇ ਸ਼ੂਤਿਆ ਦੇ ਘਰੇ ਹਮ ਤੇ ਉਹਨਾਂ ਦੀ ਪੰਜਵੀਂ ਪਸਤ ਦੀ ਨੂੰ ਆਈ ਨੂੰ ਸੰਸੇ ਦੇ ਵਿੱਚ ਪੈ ਜਾਂਦੀ ਹੈ ਕਣਜਾਣੇ ਦੇ ਵਿੱਚ ਸਫਾਈ ਕਰਦੀ ਕਰਦੀ ਕਹਿ ਜਾਂਦੀ ਹੈ ਵੀ ਇਹ ਤਾਂ ਸਤਗੁਰਾਂ ਦੀ ਨਿਸ਼ਾਨੀ ਹੈ ਤੇ ਇਹਦੀ ਸਫਾਈ ਨਹੀਂ ਕੋਈ ਸਫਾਈ ਨਹੀਂ ਕੋਈ ਕਰਦਾ ਵੀ ਦਾਣੇ ਥੱਲੋਂ ਨਿਕਲੀ ਜਾਂਦੇ ਤੇ ਉਸ ਨੂੰ ਇਹ ਪਤਾ ਨਹੀਂ ਸੀਗਾ ਉਸ ਨੇ ਅਣਜਾਣੇ ਦੇ ਵਿੱਚ ਉਹ ਟੱਕਣ ਚੱਕੇ ਦੇਖ ਲਿਆ ਉਸ ਦੇ ਵਿੱਚ ਜਾਲੇ ਲੱਗੇ ਹੋਈ ਸੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਸ ਤੋਂ ਬਾਅਦ ਉਹਦੀ ਵਰਕਤ ਖਤਮ ਹੋ ਚੁਕੀ ਸੀ ਫਿਰ ਉਹ ਹੌਲੀ ਹੌਲੀ ਪਿੰਡ ਪੰਗਨਾ ਦੀ ਕੁਲ ਵੱਧਦੀ ਗਈ ਤੇ ਘਰ ਛੋਟਾ ਸੀ ਉਹ ਘਰ ਨੂੰ ਛੱਡ ਕੇ ਫਿਰ ਆਪੋ ਆਪਣੀ ਕਮਾ ਕਰਨ ਦੇ ਬਿਜ਼ਨਸਾਂ ਦੇ ਵਿੱਚ ਖਚਤ ਹੋ ਕੇ ਇਸ ਘਰ ਨੂੰ ਛੱਡ ਕੇ ਚਲੇ ਗਏ ਸੀ ਸਾਕੜੀ ਸਾਰ ਘਰ ਬੰਦ ਰਿਆ ਨਿਸ਼ਾਨੀਆਂ ਉਸ ਘਰ ਦੇ ਵਿੱਚ ਸਜੋਵੇ ਤੇ ਸੀ ਇਹ ਸਾਰੀਆਂ ਨਿਸ਼ਾਨੀਆਂ ਹਾਂਜੀ ਫਿਰ ਉੱਥੋਂ ਪਿੰਡ ਦੀ ਸੰਗਤ ਨੇ ਉਪਰਾਲਾ ਕੀਤਾ ਉਹਨਾਂ ਤੋਂ ਇੱਥੇ ਸਮਾਗਮ ਰੱਖਿਆ ਇਹ ਨਿਸ਼ਾਨੀਆਂ ਲੈ ਕੇ ਫਿਰ ਇੱਥੇ ਸਜੋਬਿਤ ਕੀਤੀਆਂ ਕਿਉਂਕਿ ਉਹ ਪਡੋਲਾ ਸਾਹਿਬ ਦੀ ਕਰਕੇ ਹੀ ਸੰਗਤ ਨੂੰ ਪਰਾਲਾ ਕੀਤਾ ਸੀ ਕਿ ਉਹ ਮਕਾਨ ਟਹਿ ਕੇ ਉਹ ਨਾਲ ਪਡੋਲਾ ਟਹਿ ਗਿਆ ਸੀ ਹੂੰ ਤੇ ਬਾਬਾ ਜੀ ਹੁਣ ਚੋਲਾ ਸਾਹਿਬ ਦੀ ਗੱਲ ਕਰਦੇ ਆ ਜਿਵੇਂ ਮੈਂ ਦੇਖ ਰਿਹਾ ਇਹ ਕਲੀਆਂ ਜਿਵੇਂ ਆਪਾਂ ਫੋਟੋਜ਼ ਦੇ ਵਿੱਚ ਦੇਖਦੇ ਆ ਤਸਵੀਰਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਸਵੀਰਾਂ ਹੁੰਦੀਆਂ ਤੇ ਕਲੀਆਂ ਉਹਨਾਂ ਉਹਨਾਂ ਨੇ ਸਰਕੇ ਸੀ ਨੇ ਸਰਕਲ ਦੇ ਵਿੱਚ ਬਣਾਈਆਂ ਹੁੰਦੀਆਂ ਕਿਸੇ ਨੇ ਪਿੱਛੇ ਬੈਕ ਤੇ ਬਣਾਈਆਂ ਹੁੰਦੀਆਂ ਅਸਲ ਦੇ ਵਿੱਚ ਕਲੀਆਂ ਹੈ ਕਿੱਥੇ ਸਿਗੀਆਂ ਕਿਉਂਕਿ ਮੈਂ ਦੇਖ ਰਿਹਾ ਵੀ ਇਸ ਸਾਈਡ ਤੇ ਕਲੀਆਂ ਨਜ਼ਰ ਆ ਰਹੀਆਂ ਮੈਨੂੰ ਇਹ ਸਰ ਪੱਲਾ ਬੰਨਿਆ ਹੋਇਆ ਦੋਵੇਂ ਸਾਈਡਾਂ ਤੇ ਥੱਲੇ ਤੱਕ ਵੀ ਕਲੀਆਂ ਲੱਗੀਆਂ ਹੋਈਆਂ ਨੇ ਤੇ ਇਸ ਸਾਈਡ ਤੇ ਵੀ ਕਲੀਆਂ ਲੱਗੀਆਂ ਹੋਈਆਂ ਨੇ ਥੱਲੇ ਪੱਲੇ ਤੇ ਵੀ ਕਲੀਆਂ ਲੱਗੀਆਂ ਹੋਈਆਂ ਨੇ ਇਹ 50 ਕਲੀਆਂ ਨੇ 50 ਕਲੀਆਂ ਨੇ ਟੋਟਲ 52 ਕਲੀਆਂ ਸੀ ਕਹਿੰਦੇ ਆ ਅਕਸਰ ਉਹ 52 ਦੋ ਰਾਜੇ ਰਹਿ ਗਏ ਸੀ ਕਿ 52 ਰਾਜੇ ਸੀ ਕਿ ਫਿਰ ਸਤਗੁਰੂ ਨੇ ਆਪਣੇ ਕਮਰਕੱਸਾ ਖੋਲ ਕੇ ਦੋ ਦੋ ਰਾਜਿਆਂ ਨੂੰ ਆਪਣੇ ਕਮਰਕੱਸੇ ਦੇ ਪੱਲੇ ਫੜਾਈ ਸੀ ਹੂੰ ਹੂੰ ਫਿਰ ਉਹ ਬਾਹਰ ਆਈ ਸੀ ਫਿਰ ਉਹ ਬਾਹਰ ਆਈ ਸੀ ਹਾਂਜੀ ਤੇ ਮੈਂ ਇੱਕ ਕਵੀ ਚੀਜ਼ ਦੇਖੀ ਅਭਾਵਾ ਜਿਵੇਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਕਦ ਕਾਠੀ ਬੜੀ ਆ ਤਾਂ ਵੱਡ ਜੋ ਦੀ ਡੀਲ ਡੋਲ ਬੜਾ ਅਸੀਗਾ ਕੁਸ਼ਤੀ ਵੀ ਅਥੇ ਖੇਡ ਕੁਸ਼ਤੀ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਵੀ ਕਹਿੰਦੇ ਉੱਥੇ ਵੀ ਚਲਦੀ ਹੁੰਦੀ ਸੀਗੀ ਤੇ ਕੁਸ਼ਤੀ ਉਹਨਾਂ ਨੇ ਆਪ ਵੀ ਕੀਤੀ ਹੋਈ ਸੀ ਦੂਜੇ ਪਾਸੇ ਸ਼ਸਤਰ ਵਿਦਿਆ ਵੀ ਉਹਨਾਂ ਨੂੰ ਆਂਦੀ ਸੀਗੀ ਤੇ ਡੀਲ ਡੋਲ ਕਾਫੀ ਉੱਚਾ ਸੀਗਾ ਤੇ ਉਹ ਦਿਖਦਾ ਵੀ ਪਿਆ ਵੀ ਬਾਹ ਜਿਹੜੀ ਆ ਕਿਸੇ ਸਾਹਮਣੇ ਲਸਜੋਲੇ ਦੀ ਵੱਡੀ ਵੱਡੀ ਸਾਰੀ ਬਾਹ ਹੈ ਹਾਂਜੀ ਸਰ ਸਤਗੁਰਾਂ ਦੇ ਦੋ ਘੋੜੇ ਹੁੰਦੇ ਸੀ ਹੂੰ ਉਹ ਦੋ ਘੋੜਿਆਂ ਨੂੰ ਵੀ ਥਕਾਵਟ ਹੋ ਜਾਂਦੀ ਸੀ ਸਤਗੁਰੂ ਇਹਨਾਂ ਨੂੰ ਦੋਹਾਂ ਨੂੰ ਦਮ ਦਵਾਇਆ ਕਰਦੇ ਸੀ ਅੱਛਾ ਲਗਾਤਾਰ ਦੋਹਾਂ ਹੱਥੇ ਚੱਲਦੇ ਨਹੀਂ ਸੀ ਹੂੰ ਇੱਦਾਂ ਵੱਡ ਜੌਦਾ ਸਰੀਰ ਸਤਗੁਰਾਂ ਦਾ ਸੀ ਹੂੰ ਤੇ ਇਸ ਕਰਕੇ ਸਤਗੁਰਾਂ ਦਾ ਇਹ ਤਾਂ ਤੁਹਾਨੂੰ ਪਤਾ ਹੀ ਇਤਿਹਾਸ ਗਵਾ ਵੀ ਵੱਡ ਜਾਂਦੇ ਸੀ ਹੂੰ ਹੂੰ ਜੋ ਕਿ ਸਤਗੁਰਾਂ ਨੇ ਏਡੇ ਏਡੇ ਜੰਗਾਂ ਲੜੀਆਂ ਹੂੰ ਹੂੰ ਤੇ ਸਾਨੂੰ ਇੰਨਾ ਉਪਦੇਸ਼ ਦੇ ਕੇ ਜ਼ਾਲਮ ਜ਼ਾਲਮਾ ਦੇ ਨਾਲ ਖੜਨ ਦੇ ਸਾਨੂੰ ਸਮਰੱਥਾ ਬਖਸ਼ੀ ਸੱਚੇ ਪਾਤਸ਼ਾਹ ਨੇ ਤੇ ਆਪ ਵੀ ਤੁਸੀਂ ਦੇਖ ਸਕਦੇ ਹੋ ਪਰ ਤਖ ਨੂੰ ਪ੍ਰਮਾਨ ਦੀ ਲੋੜ ਨਹੀਂ ਵੀ ਸਾਡੇ ਕੋਲੇ ਝੋਲਾ ਸਾਹਿਬ ਹੀ ਹੈ ਵੀ ਆਮ ਵਿਅਕਤੀ ਤੱਕ ਕੋਈ ਅਨੁਪਾ ਨਹੀਂ ਸਕਦਾ ਪਾ ਨਹੀਂ ਸਕਦਾ ਤੇ ਸਤਗੁਰਾਂ ਨੇ ਆਪਾਰ ਕਿਰਪਾ થી ਸਤਗੁਰਤਾ ਆਪ ਵੀ ਮੈਂ ਸਰਬ ਕਲਾ ਸਰਪੁੰਮਰਣ ਸਿੱਖੇ ਹੂੰ ਹੂੰ ਤੇ ਉਸ ਕਰਕੇ ਆਪਾਂ ਅਸ ਗੱਲ ਦਾ ਕੋਈ ਸ਼ੰਕਾ ਨਹੀਂ ਕਰ ਸਕਦੇ ਸਤਗੁਰ ਜੀ ਆਪ ਬੜਜੋਦੇ ਸਨ ਤੇ ਸਾਨੂੰ ਬੜਜੋਦੇ ਬਣਾ ਕੇ ਗਏ ਹੂੰ ਹੂੰ ਤੇ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੇ ਘਰੇ ਪਿਆਰ ਆ ਫਿਰ ਚੋਲਾ ਦਾ ਮੇਰੇ ਖਿਆਲੇ ਰਵਾਈ ਵੀ ਹੋਇਆ ਠੀਕ ਵੀ ਕੀਤਾ ਗਿਆ ਇਹਨੂੰ ਕਿਉਂਕਿ ਇਹ ਥੋੜਾ ਜਿਹਾ ਕਪੜਾ ਇਹਦਾ ਸੁਣਿਆ ਵਿਖਾ ਉਹ ਐਦਾਂ ਸੀ ਦੇਖੋ ਪੀੜੀ ਦਰ ਪੀੜੀ ਹਮ ਫਰਕ ਪੈ ਜਾਂਦਾ ਹਮ ਬਾਬਾ ਸੂਰਤਿਆ ਜੀ ਬਹੁਤ ਭੁੱਟੀ ਕਹਲਣਕ ਮਾਈ ਸੀ ਸਮਾਂ ਪੈਂਣ ਤੇ ਬਾਬਾ ਸੂਰਤਿਆ ਜੀ ਨੂੰ ਜਦੋਂ ਪਤਾ ਲੱਗਿਆ ਸੀ ਸਤਗੁਰਾਂ ਤੇ ਪੀੜੀ ਪਈ ਹੈ ਆਪਣੇ ਦੋ ਪੁੱਤਰਾ ਸਮੇਤ ਸਤਗੁਰਾਂ ਦੇ ਨਾਲ ਜਾ ਕੇ ਜੰਗ ਦੇ ਵਿੱਚ ਵੀ ਸ਼ਹੀਦ ਹੋਏ ਨੇ ਉਹ ਜਿਨ੍ਹਾਂ ਦੇ ਘਰੇ ਆ ਸਾਡੇ ਜਿਨ੍ਹਾਂ ਦੇ ਘਰੇ ਚੋਲਾ ਸਾਹਿਬ ਸੀ ਅੱਛਾ ਪਰ ਜਦੋਂ ਉਹਨਾਂ ਦੀ ਪੀੜ੍ਹੀ ਵੱਧ ਗਈ ਘਰ ਛੋਟਾ ਸੀ ਉਹ ਦੇਖੋ ਕਿਰਤ ਸਭ ਨੇ ਕਰਨੀ ਹੁੰਦੀ ਹੈ ਉਹ ਆਪਣੀ ਕਿਰਤਾਂ ਦੇ ਵਿੱਚ ਵਿਜੀ ਹੋ ਕੇ ਇਸ ਘਰ ਦੇ ਵਿੱਚ ਨਿਸ਼ਾਨੀਆਂ ਰੱਖ ਕੇ ਆਪਣੇ ਕੰਮਾਂ ਕਾਰਾਂ 'ਚ ਵਿਜੀ ਹੋ ਗਈ ਸੀ ਪੀੜੀ ਦਰ ਪੀੜੀ ਉਹਨਾਂ ਦੀ ਸਰਦਾਰ ਥੋੜੀ ਜੀ ਘਟ ਗਈ ਸੀ ਇਹ ਨਿਸ਼ਾਨੀਆਂ ਉਹਨਾਂ ਦੇ ਘਰ 'ਚ ਪਈਆਂ ਸੀ ਪਿੰਡ ਦੀ ਸੰਗਤ ਨੂੰ ਇਸ ਗੱਲ ਦਾ ਦੁੱਖ ਸੀ ਵੀ ਸਾਨੂੰ ਨਿਸ਼ਾਨੀਆਂ ਦੀ ਸੇਵਾ ਮਿਲੇ ਅਸੀਂ ਦਰਸ਼ਨ ਕਰ ਸਕੀਏ ਉਹ ਸਮੇਂ ਬਾਅਦ ਆਇਆ ਕਰਦੇ ਸੀ ਫਿਰ ਉਹਨਾਂ ਨੇ ਤੋਂ ਨਿਸ਼ਾਨੀਆਂ ਲੈ ਕੇ ਗੁਰੂ ਘਰ ਸੇ ਸੋਭਿਤ ਕੀਤੀਆਂ ਵੀ ਨਾਲੇ ਤਾਂ ਸੇਵਾ ਹੋਊਗੀ ਨਾਲੇ ਇਹਨਾਂ ਦੀ ਸੰਭਾਲ ਰਹੂਗੀ ਨਾਲੇ ਸੰਗਤਾਂ ਦਰਸ਼ਨ ਕਰਨਗੇ ਆ ਮੈਂ ਦੇਖ ਰਿਹਾ ਵੀ ਜਿਹੜੀ ਆ ਆਪਾਂ ਦੇਖ ਰਿਹਾ ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਇੱਥੇ ਜਿਹੜੇ ਗੁਰੂ ਸਾਹਿਬ ਤੋਂ ਪਹਿਲਾਂ ਜਿਹੜੇ ਪੰਜ ਗੁਰੂ ਸਾਹਿਬਾਨ ਹੋਏ ਆ ਉਹਨਾਂ ਦੀ ਬਾਣੀ ਦਰਜ ਸੀ ਇਹਦੇ ਵਿੱਚ ਇਹਦੇ ਵਿੱਚ ਜੀ ਸਾਰੀ ਉਹ ਪੰਜ ਬਾਣੀਆਂ ਜਿਹੜੀਆਂ ਬਾਵਨ ਅਖਰੀ ਇਹ ਪੰਜ ਪੰਜ ਗ੍ਰੰਥੀ ਹੈ ਅੱਛਾ ਇਹਦੇ ਵਿੱਚ ਸਤਗੁਰਾਂ ਨੇ 45 ਦਿਨ ਆਪ ਇੱਥੇ ਬੈਠ ਕੇ ਜਿਹਨੂੰ ਨਿਤਨੇਮ ਕਰਿਆ ਕਰਦੇ ਸੀ ਉਹ ਤਾਂ ਸੰਪੂਰਨ ਸੀ ਸਾਨੂੰ ਸਿੱਖਿਆ ਦੇਣ ਵਾਸਤੇ ਸੀ ਹੂੰ ਇਹ ਸਿੰਘਾਂ ਦੇ ਨਾਲ ਆਪ ਸੰਗਾਂ ਨੂੰ ਜਿਹੜੇ ਸਿੰਘਾਂ ਤੋਂ ਜੁਦ੍ਹ ਕਰਾਉਣੇ ਸੀ ਉਹਨਾਂ ਤੋਂ ਤਪੱਸਿਆ ਵੀ ਕਰਾਉਣੀ ਸੀ ਸਤਗੁਰਾਂ ਨੇ ਅੱਛਾ ਉਹ ਆਪ ਫਿਰ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਆਪ ਤਖਤ ਤੇ ਬੈਠ ਕੇ ਨਿਤਨੇਮ ਉਹਨਾਂ ਦੇ ਸਾਹਮਣੇ ਕਰਦੇ ਸੀ ਤਾਂ ਵੀ ਸਿੰਘਾਂ ਤੇ ਵੀ ਇਸ ਗੱਲ ਦਾ ਵੀ ਸਭ ਪੁਰਬਾਹ ਪੈ ਸਕੇ ਤੇ ਸਤਗੁਰਾਂ ਨੇ ਫਿਰ ਸੰਗਤੋਂ ਵੀ ਭਜਨ ਪਾਠ ਕਰਾਇਆ ਉਹਨਾਂ ਨੂੰ ਨਿਤਨੇਮ ਬਖਸ਼ਿਆ ਤਪ ਕਰਾਇਆ ਫਿਰ ਸੰਗਤਾਂ ਨੂੰ ਜੰਗ ਕਰਾਇਆ ਸਤਗੁਰਾਂ ਨੇ ਇਹ ਇਹ ਹੱਥ ਲਿਖਤ ਹੈ ਗੁਰੂ ਸਾਹਿਬ ਦੀ ਇਹ ਗੁਰੂ ਸਾਹਿਬ ਦੀ ਹੱਥ ਲਿਖਤ ਅ ਤਰ ਦਾ ਨਹੀਂ ਕਹਿ ਸਕਦੇ ਇਸ ਬਾਰੇ ਸਾਨੂੰ ਪੂਰਾ ਨਹੀਂ ਪਤਾ ਪਰ ਇਹ ਹਾਇ ਹੱਥ ਲਿਖਤ ਲੜੀਵਾਰ ਲੜੀਵਾਰ ਹਾਂ ਸਭ ਤੋਂ ਵੱਡੀ ਗੱਲ ਲੜੀਵਾਰ ਹਾਂਜੀ ਲੜੀਵਾਰ ਉਹ ਸੁਨਹਿਰੀ ਅੱਖਰਾਂ ਦੇ ਨਾਲ ਸੁਨਹਿਰੀ ਪੱਤਰਾਂ ਤੇ ਕਾਲੀ ਸਿਆਹੀ ਦੇ ਨਾਲ ਕਾਲੀ ਸੁਨਹਿਰੀ ਪੱਤਰਾਂ ਤੇ ਲਿਖੀ ਹਾਂਜੀ ਇਸ ਸੁਨਹਿਰੀ ਪੱਤਰੇ ਨੇ ਦੇਖੋ ਸੋਨੇ ਦੀ ਸ਼ਾਈ ਨਾਲ ਲੱਗੀ ਹੋਈ ਹੈ। ਇਹ ਸੋਨੇ ਦੀ ਸ਼ਿਹਾਈ ਦੇ ਨਾਲ ਸੁਨਹਿਰੀ ਪੱਤਰਿਆਂ ਦੇ ਉੱਪਰ ਹੀ ਸਾਰਾ ਕੀਤਾ ਗਿਆ ਤੇ ਇਹ ਸਭ ਤੋਂ ਵੱਡੀ ਗੱਲ ਹੈ ਦੇਖੋ ਉਦੋਂ ਕੋਈ ਕੰਪਿਊਟਰ ਨਹੀਂ ਹੁੰਦਾ ਸੀ, ਕੁਝ ਨਹੀਂ ਹੁੰਦਾ ਸੀ। ਸਾਈਡ ਤੇ ਜਿਹੜਾ ਵਰਕ ਕਿਸੇ ਹੱਥ ਨਾਲ ਕੀਤਾ ਗਿਆ ਵੀ ਹੈਂਡਵਰਕ ਹੈ ਜੀ। ਹੈਂਡਵਰਕ ਹੈ ਸਾਰਾ। ਹਾਂਜੀ। ਹੂੰ। ਤੇ ਸਭ ਤੋਂ ਵੱਡੀ ਗੱਲ ਵੀ ਅੱਜ ਅਸੀਂ ਵਕ-ਵਕ ਜਿਹੜੇ ਆ ਕੈਲੀਗ੍ਰਾਫੀ ਹੁੰਦੀਆਂ, ਡਿਜ਼ਾਈਨਸ ਹੁੰਦੇ ਆ ਵੀ ਲੋਕੀ ਹੱਥ ਲਿਖਦੇ ਆ ਵੀ ਉਦੋਂ ਕਿਦਾਂ ਲਿਖਿਆ ਗਿਆ ਵੀ ਇੱਕ ਇੱਕ ਸ਼ਬਦ ਜਿਹੜਾ ਇੱਕ ਇੱਕ ਸਮਝ ਆ ਰਿਹਾ ਇੱਕ ਇੱਕ ਵਰਡ ਜਿਹੜਾ ਉਹ ਸਮਝ ਆ ਰਿਹਾ ਕਿੰਨੇ ਸੋਹਣੇ ਤਰੀਕੇ ਨਾਲ ਲਿਖਿਆ ਗਿਆ ਤੇ ਗੁਰੂ ਸਾਹਿਬ ਇਸ ਧਰਤੀ ਤੇ ਆਏ ਇਸ ਧਰਤੀ ਤੇ ਚਰਨਛੋਪਾ ਪ੍ਰਾਪਤ ਪਰ ਇੱਥੇ ਦੇ ਸ਼ਾਇਦ ਆਸ-ਪਾਸ ਲੋਕਾਂ ਨੂੰ ਮੈਨੂੰ ਲੱਗਦਾ ਘੱਟ ਪਤਾ ਹੈ ਇਸ ਬਾਰੇ ਨਹੀਂ ਸਰ ਕੁਝ ਦਿਨ ਪਹਿਲਾਂ ਕੁਝ ਸਾਲ ਪਹਿਲਾਂ ਤਾਂ ਕਹਿ ਸਕਦੇ ਆਂ ਆਪਾਂ ਪਰ ਹੁਣ ਇਹ ਸਥਾਨ ਲਗਭਗ ਤਕਰੀਬਨ ਆਪ ਜਿਹੀ ਚੈਨਲ ਵਾਲੇ ਵੀਰਾਂ ਨੇ ਵਰਲਡ ਦੇ ਵਿੱਚ ਫੇਮਸ ਕਰ ਦਿੱਤਾ ਬਹੁਤ ਦੂਰ ਦੂਰੋਂ ਸੰਗਤਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਸਾਡੇ ਕੋਲੇ ਜਿਹੜੀਆਂ ਇਹ ਬੜੀ ਮੁੱਲੀਆਂ ਨਿਸ਼ਾਨੀਆਂ ਸਤਗੁਰਾਂ ਦੀਆਂ ਇਹ ਅਸੀਂ ਇਹਨਾਂ ਨੂੰ ਚਾਹੁੰਦੇ ਹਾਂ ਵੀ ਜੁਗਾ ਜੁਗਾ ਤੱਕ ਐਸੇ ਤਰ੍ਹਾਂ ਇਹ ਸਿशोਭਿਤ ਸਤਗੁਰਾਂ ਨਾਲ ਨੂੰ ਉਮਰ ਬਖਸ਼ਦੇ ਰਹਿਣ ਇਹ ਨਿਸ਼ਾਨੀਆਂ ਦੀ ਜਿਹੜੀਆਂ ਜੋ ਪ੍ਰਾਤਨ ਨੇ ਐਸੇ ਤਰ੍ਹਾਂ ਸਿशोਭਿਤ ਰਹਿਣ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਸਤਗੁਰਾਂ ਦੀਆਂ ਨਿਸ਼ਾਨੀਆਂ ਦੇ ਨਾਲ ਥੋੜਾ ਜਿਹਾ ਸਾਡੇ ਇਤਿਹਾਸ ਦੇ ਬਾਰੇ ਜਾਗਰੂਕ ਹੁੰਦੇ ਰਹਿਣਾ ਚੋਲਾ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰਦੇ ਆ ਇੱਕ ਗੁਰੂ ਸਾਹਿਬ ਨੇ ਜਿਹੜਾ ਚੋਲਾ ਸਾਹਿਬ ਸਵਾਇਆ ਸੀਗਾ ਇਹ ਉਸ ਇਹ ਉਹੀ ਚੋਲਾ ਸਾਹਿਬ ਹੈ ਜਿਹੜਾ ਗੁਰੂ ਸਾਹਿਬ ਨੇ ਪਾਇਆ ਸੀ ਹਾਂਜੀ ਹਾਂ ਇਹਨਾਂ ਨੂੰ ਪਾ ਕੇ ਇਸ ਚੋਲਾ ਸਾਹਿਬ ਨੂੰ ਪਾ ਕੇ ਹੀ ਸਤਗੁਰਾਂ ਨੇ ਬਵੰਜਰ ਰਾਜੇ ਨੂੰ ਰਿਹ ਕਰਾਇਆ ਸੀ ਹੂੰ ਬਾਬਾ ਸੂਰਤਿਆਂ ਜਿਹਨੂੰ ਪਿਆਰ ਦੇ ਵਿੱਚ ਉਹਨਾਂ ਨੇ ਪੇਟ ਪਿਆਰ ਦੇ ਵਿੱਚ ਉਹਨਾਂ ਨੇ ਪੇਟ ਦਿੱਤੀ ਵੀ ਉਹਨਾਂ ਸੇਵਨ ਇੱਕ ਐਵੀ ਗੱਲ ਹੈ ਕਹਿੰਦੇ ਇੱਥੇ ਨੇੜੇ-ਤੇੜੇ ਨਸਦੀਕ ਗੁਰੂ ਸਾਹਿਬ ਆਏ ਸੀ ਤੇ ਉਹਨਾਂ ਨੇ ਪਿੰਡ ਨੇ ਦਰਵਾਜ਼ੇ ਨਹੀਂ ਖੋਲੇ ਸੀਗੇ ਉਪਿੰਡ ਕਨੇਚਾ ਜੀ ਅੱਛਾ ਉਹ ਜਦੋਂ ਸਤਗੁਰੂ ਜੀ ਇਧਰੋਂ ਆਏ ਸੀ ਨਾ ਅਰਤਖ ਤੋਂ ਪੁਰਾਹ ਟੂਰ ਗੁਜਰਵਾਲ ਆਦ ਪਿੰਡਾਂ ਦੇ ਵਿੱਚ ਦੀ ਪਹਿਲਾਂ ਉੱਥੇ ਠਹਿਰੇ ਸੀ ਅੱਛਾ ਪਰ ਮੋਕੇ ਦੇ ਉਸ ਪਿੰਡ ਦੇ ਵਿੱਚ ਮੋਕੇ ਦੇ ਉਸ ਪਿੰਡ ਦੇ ਵਿੱਚ ਕੋਈ ਮਤਾ ਹੋਇਆ ਹੋਇਆ ਸੀ ਵੀ ਪਿੰਡ ਦੇ ਮੋਤ ਪ੍ਰਬੰਧਿਆ ਤੋਂ ਬਿਨਾਂ ਕਿਸੇ ਨੂੰ ਐਂਟਰੀ ਨਹੀਂ ਹੋਣੀ ਐਂਟਰੀ ਨਹੀਂ ਹੋਣੀ ਸੋ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਸੀ ਇਹ ਗੁਰੂ ਸਾਹਿਬ ਨੇ ਉਹਨਾਂ ਨੇ ਇਸ ਕਰਕੇ ਉੱਥੇ ਉਹਨਾਂ ਸਤਗੁਰਾਂ ਨੂੰ ਅਣਸੁਣੀ ਕਰ ਦਿੱਤੀ ਫਿਰ ਸਤਗੁਰਾਂ ਨੇ ਅੱਗੇ ਚੱਲਨੇ ਪਾ ਦਿੱਤੇ ਹੂੰ ਫਿਰ ਗਿੱਦੜੀ ਆਈ ਗਿੱਦੜੀ ਤੋਂ ਬਾਅਦ ਫਿਰ ਸਤਿਗੁਰ ਜੀ ਗੁਰ ਕਢਾਣੀ ਕਣਾ ਵਿੱਚ ਆਈ ਸੀ ਹੂੰ ਉਸ ਵੇਲੇ ਦੇ ਸਤਿਗੁਰਾਂ ਦੇ ਸਾਡੇ ਤੇ ਪਿੰਡ ਦੀ ਬਹੁਤ ਪਾਰ ਕਿਰਪਾ ਕਿਉਂਕਿ ਪਹਿਲੇ ਨਾ ਸਾਹੂਕਾਰ ਹੁੰਦੇ ਸੀ ਹੂੰ ਉਹ ਸਾਹੂਕਾਰਾਂ ਦਾ ਮਤਲਬ ਸੀ ਜਿਹੜਾ ਕੋਈ ਮਾੜਾ ਉਹਨੂੰ ਮਾੜੇ ਤੋਂ ਤਪਕਨ ਨੂੰ ਲੁੱਟ ਲੈਂਦੇ ਸੀ ਮਾੜੇ ਲੋਕਾਂ ਨੂੰ ਲੁੱਟ ਲੈਂਦੇ ਤੇ ਬਾਬਾ ਸੂਰਤਿਆਂ ਜੀ ਨੇ ਬਾਬਾ ਮਹਾਰਾਜ ਜੀ ਛੇਵੇਂ ਪਾਤਸ਼ਾਹ ਨੇ ਬਾਬਾ ਸੂਰਤਿਆਂ ਜੀ ਨੂੰ ਖੁਸ਼ ਹੋ ਕੇ ਕਿਹਾ ਸੀ ਬਾਬਾ ਜੀ ਮੰਗ ਲਓ ਜਿਹੜਾ ਕੁਝ ਮੰਗਣਾ ਤੇ ਉਹਨਾਂ ਨੇ ਕੀ ਮੰਗਿਆ ਫਿਰ ਤੇ ਨਹੀਂ ਸਤਿਗੁਰ ਮੈਨੂੰ ਕੁਝ ਨਹੀਂ ਚਾਹੁੰਦਾ ਬੜੀਆਂ ਪਰ ਕਿਰਪਾ ਮੇਰੇ ਤੇ ਆਪ ਜੀਆਂ ਦੀ ਵੀ ਆਪ ਜੀ ਕਿਰਪਾ ਕਰੋ ਵੀ ਜਿਹੜਾ ਸਾਡਾ ਹੱਕ ਹੈ ਸਾਡੇ ਕੋਲੇ ਰਹਿ ਜਾਵੇ ਸਾਨੂੰ ਕੋਈ ਲੁੱਟ ਕੇ ਨਾ ਲੈ ਕੇ ਜਾ ਸਕੇ ਅੱਛਾ ਉਦੋਂ ਸਤਿਗੁਰਾਂ ਨੇ ਕਿਹਾ ਸੀ ਭਾਈ ਪਿੰਡ ਕਢਾਣੀ ਤੇ ਚੜਿਆ ਦੁਸ਼ਮਣਾਂ ਕੇ ਕਦੇ ਜਿੱਤ ਕੇ ਨਹੀਂ ਜਾਊਗਾ ਸਾਨੂੰ ਵਾਰ ਦਿੱਤੇ ਸਤਿਗੁਰਾਂ ਨੇ ਇਸ ਪਿੰਡ ਨੂੰ ਵਾਰ ਆ ਵੀ ਕੋਈ ਚੜ ਕੇ ਨਹੀਂ ਆਸੀ ਇਸ ਪਿੰਡ ਤੋਂ ਬਾਹਰੋਂ ਚੜ ਕੇ ਆਇਆ ਦੁਸ਼ਮਣ ਕਦੇ ਜਿੱਤ ਕੇ ਨਹੀਂ ਜਾਊਗਾ ਜਿੱਤ ਕੇ ਨਹੀਂ ਜਾਊਗਾ ਮੂਦੀ ਖਾ ਕੇ ਜਾਊਗਾ ਇਹ ਪਿੰਡ ਬਹੁਤ ਬੜੇ ਫੁੱਲੇਗਾ ਹੂੰ ਇਹ ਪਿੰਡ ਦੇ ਵਿੱਚੋਂ ਦੋ ਪਿੰਡ ਬਣ ਚੁੱਕੇ ਨੇ ਇੱਕ ਕਢਾਣੀ ਖੁਰਦ ਕਕੜ ਨਾਲੀ ਕਲਾ ਹਮ ਅੱਜ ਵੀ ਇਸ ਪਿੰਡ ਦੀ 44500 ਵੋਟ ਹੈ ਹਮ ਸਤਗੁਰਾਂ ਦੀ ਅਪਾਰ ਕਿਰਪਾ ਫਿਰ ਦੂਸਰੀ ਕਹੇ ਸਿਪਾਹੀ ਇਹਨੂੰ ਤਾਂ ਕੁਦਰਤੀ ਆਫਤ ਵੀ ਨਹੀਂ ਸਤਾਵੇਗੀ ਜਿਵੇਂ ਕੋਰੋਨਾ ਆ ਗਿਆ ਸੀ ਹਮ ਜਾਂ ਹੋਰ ਕੋਈ ਬਿਮਾਰੀਆਂ ਚਲਪੈਂਦੀਆਂ ਨੇ ਹਮ ਨਾ ਕਦੇ ਪਾਣੀ ਦੀ ਮਾਰ ਨਾ ਕੋਈ ਕੁਦਰਤੀ ਆਫਤ ਸਤਗੁਰਾਂ ਨੇ ਬੜੀ અપਾਰ ਕਿਰਪਾ ਕੀਤੀ ਅੱਛਾ ਪੰਜਾਬ 'ਚ ਹੜ੍ਹ ਵੀ ਆਏ ਤੇ ਇੱਥੇ ਕੋਈ ਆਫਤ ਨਹੀਂ ਹੁੰਦੀ ਦੋ ਨਹਿਰਾਂ ਨੇ ਜੀ ਇੱਕ ਕੈ ਪੈੜ ਦਾ ਹਲਕੇ ਚ ਇਧਰ ਰਾਣਾ ਸਾਹਿਬ ਦੇ ਵਿੱਚ ਇਹਨਾਂ ਦੇ ਵਿੱਚ ਆਉਂਦਾ ਜੇ ਸਾਡਾ ਕੋਈ ਪਾਣੀ ਨੂੰ ਐਦਾਂ ਹੋਵੇ ਖਤਰਾ ਤੇ 15 ਸਾਲ ਦਾਸ ਨੂੰ ਵੀ ਸੇਵਾ ਕਰਦੇ ਆ ਹੋਗੇ ਕਦੇ ਐਦਾਂ ਦੇਖਣ ਨੂੰ ਕੋਈ ਮੌਕਾ ਨਹੀਂ ਮਿਲਿਆ ਕੋਈ ਐਦਾਂ ਦੇ ਦੋ ਵਾਰੀ ਹੜ੍ਹ ਆ ਗਏ 15 ਸਾਲਾਂ ਦੇ ਵਿੱਚ ਤੁਸੀਂ ਕਹਿ ਰਹੇ ਤਾਂ ਕੁਝ ਵੀ ਨਹੀਂ ਕੁਝ ਨਹੀਂ ਅੱਥੀ ਨੁਕਸਾਨ ਨਹੀਂ ਹੋਇਆ ਨੁਕਸਾਨ ਕੋਈ ਕੁਦਰਤੀ ਆਫਤ ਐਸ ਪਿੰਡ ਨੂੰ 1987 87 ਕੀ ਹਜੇ ਤੱਕ ਪਹਿਲੇ ਵੀ ਬਜ਼ੁਰਗ ਕਹਿੰਦੇ ਨੇ ਯਾਨੀ ਦਾਸ ਦੀ ਅੱਖੀ 15 ਸਾਲ ਦਾ ਪ੍ਰੈਕਟੀਕਲ ਹੈ ਸਾਡਾ ਤੁਸੀਂ ਇੱਕ ਗੱਲ ਹੈ ਜਦੋਂ ਅਚੋਲਾ ਸਾਹਿਬ ਨੂੰ ਦਰਸ਼ਨ ਕਰਦੇ ਹੋ ਤਾਂ ਐਂ ਲੱਗਦਾ ਨਾ ਵੀ ਜਿਵੇਂ ਗੁਰੂ ਵਰਗੋ ਸੈਜੇ ਦੇ ਦਰਸ਼ਨ ਪ੍ਰਤੱਖ ਖੜੇ ਨੇ ਵੀ 52 ਰਾਜੇ ਸਤਗੁਰਾਂ ਦੇ ਮਗਰ ਖੜੇ ਨੇ ਸਾਨੂੰ ਉਹ ਦ੍ਰਿਸ਼ਤ ਦਿਖਦਾ ਅਸੀਂ ਦੇਖਦੇ ਆ ਜਦੋਂ ਨਤਮਸਤਕ ਹੁੰਨੇ ਆ ਸਾਡੇ ਲੂੰਹ ਖੜੇ ਹੋ ਜਾਂਦੇ ਆ ਵੀ ਸਤਗੁਰੂ ਜੀ ਸਾਨੂੰ ਇਸ ਦੁਨੀਆ ਤੋਂ ਪਾਰ ਉਤਾਰ ਦਿਓ ਹੂੰ ਉਹ ਈ ਤਸਵੀਰ ਮੂਰੇ ਆ ਜਾਂਦੀ ਆ ਵੀ ਗੁਰੂ ਸਾਹਿਬ ਕਿੱਦਾਂ 52 ਰਾਜਿਆਂ ਨੂੰ ਛੁਡਵਾ ਕੇ ਲੈ ਕੇ ਆ ਰਹੇ ਆ ਤੇ ਬੰਦੇ ਨੂੰ ਐਂ ਲੱਗਦਾ ਵੀ ਜਿਹੜਿਆਂ ਵੀ ਮੇਰੇ ਮਨ ਦੇ ਵਿੱਚ ਕੋਈ ਵੀ ਆਪ ਪੂਰੀ ਇਹ ਸਤਿਗੁਰ ਜੀ ਬਰਾਦਪੂਰੀ ਹੋ ਜੇ ਕੋਈ ਟੈਨਸ਼ਨ ਆਣੇ ਉਹ ਸਭ ਕੁਝ ਨਿਕਲ ਜਾਵੇ ਹਾਂਜੀ ਇਦਾਂ ਪਰਤੱਖ ਸਾਡੇ ਪਿੰਡ ਦੇ ਵਿੱਚ ਮਹਾਰਾਜ ਪਰਤੱਖ ਨੇ ਤਾਂ ਲੱਗਦਾ ਹਾਂਜੀ ਇੱਥੇ ਸ਼ਨੀਵਾਰ ਐਤਵਾਰ ਨੂੰ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਹਜ਼ਾਰਾਂ ਹੀ ਸੰਗਤਾਂ ਰਾਤ ਨੂੰ ਵੀ ਰਹਿੰਦੀਆਂ ਨੇ ਸਾਡੇ ਕੋਲੇ ਹੂੰ ਤੇ ਉਹਨਾਂ ਨੂੰ ਇੱਕੋ ਹੀ ਹੈ ਉਹਨਾਂ ਦੀ ਕੋਈ ਵੀ ਮਨਸਾ ਹੋਵੇ ਛੇ ਹਾਜ਼ਰੀਆਂ ਭਰਦੀਆਂ ਨੇ ਤੇ ਸਤਿਗੁਰੂ ਉਹਨਾਂ ਦੇ ਕਾਰਜ ਰਾਸ ਕਰ ਦਿੰਦੇ ਨੇ ਜਿਹੜਾ ਛੇ ਹਾਜ਼ਰੀਆਂ ਇੱਥੇ ਭਰਦਾ ਹਾਂਜੀ ਉਹਨਾਂ ਦੇ ਕਾਰਜ ਰਾਸ ਹਾਂ ਜੀ ਕੋਈ ਵੀ ਹੋਵੇ ਕੋਈ ਦੁਖਦਲ ਇੱਧਰ ਹੋਵੇ ਸਤਿਗੁਰੂ ਨੇ ਤੇ ਕਿਰਪਾ ਕਰ ਦਿੰਦੇ ਨੇ ਇੱਥੇ ਸ਼ਨੀਵਾਰ ਨੂੰ ਕਦੇ ਸ਼ਨੀਵਾਰ ਨੂੰ ਆ ਕੇ ਦੇਖਿਓ ਰਾਤ ਨੂੰ ਹਮ ਅਨੇਕਾਂ ਸੰਗਤਾਂ ਹਜ਼ਾਰਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਨੇ ਹਮ ਹਮ ਸਤਿਗੁਰਾਂ ਦੀ ਅਪਾਰ ਕਿਰਪਾ ਇਸ ਮੰਡ ਤੇ ਹਮ ਹਮ ਦਾਸ ਨੂੰ ਤਾਂ ਇੱਕ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਹੋਇਆ ਕਦੇ ਕਦੇ ਕਿਸੇ ਨੂੰ ਪਿੰਡ ਦੇ ਵਿੱਚ ਐ ਲੱਗਿਆ ਵੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਲਏ ਉਹਨ ਕਦੇ ਮਹਿਸੂਸ ਹੋਇਆ ਵੀ ਗੁਰੂ ਸਾਹਿਬ ਆਪ ਉਹਨਾਂ ਦੇ ਸਨ ਮੁਖਾ ਗਏ ਹੋਣ ਕਿਸੇ ਨੂੰ ਐਦਾਂ ਲੱਗਿਆ ਇਹ ਤਾਂ ਕਿਸੇ ਪੂਰਨ ਭਗਤ ਨੂੰ ਹੀ ਸਤਗੁਰ ਦਰਸ਼ਨ ਦਿੰਦੇ ਨੇ ਜਿਹੜੇ ਪੂਰਨ ਨੇ ਫਿਰ ਉਹ ਕਿਸੇ ਨੂੰ ਦੱਸ ਦੇ ਨਹੀਂ ਹੁੰਦੇ ਜੇ ਦੱਸੂਗਾ ਉਹਨੂੰ ਆਪਾਂ ਸੱਚ ਨਹੀਂ ਮੰਨ ਸਕਾਂਗੇ ਕਿਉਂ ਸਤਗੁਰ ਜੀ ਆਮ ਕਿਸੇ ਹਰ ਇੱਕ ਵਿਅਕਤੀ ਨੂੰ ਦਰਸ਼ਨ ਦੇਣ ਵਾਲੇ ਨਹੀਂ ਪਰ ਉਹ ਹੈਗੇ ਸਾਡੇ ਵਿੱਚ ਨੇ ਪ੍ਰਤੱਖ ਨਹੀਂ ਸਾਨੂੰ ਮਹਿਸੂਸ ਹੁੰਦਾ ਸਤਗੁਰਾਂ ਨੇ અપਾਰ ਕਿਰਪਾ ਕੀਤੀ ਥੱਲੇ ਖੂਈ ਸਾਹਿਬ ਹੈ ਉਸ ਖੂਈ ਦੇ ਵਿੱਚੋਂ ਜਲ ਸਾ ਆਪ ਛਕਦੇ ਰਹਿੰਦੇ ਥੱਲੇ ਐਸੇ ਸਥਾਨ ਤੇ ਸਤਗੁਰ ਦੀਵਾਨ ਸਜਾ ਕੇ ਸੰਗਤਾਂ ਨੂੰ ਮਿਲਦੀ ਸੀ ਗੁਰਦੁਆਰਾ ਨਿਮਸਰ ਸਾਹਿਬ ਵਿਖੇ ਸਤਿਗੁਰ ਜੀ ਸੰਗਾਂ ਨਾਲ ਬੈਠ ਕੇ ਆਪ ਭਜਨ ਪਾਠ ਕਰਿਆ ਕਰਦੇ ਸੀ। ਹਮ ਬਾਬੇ ਸੂਰਤਿਆਂ ਜੀ ਦੇ ਘਰ ਵਿਖੇ ਜਲਪਾਣੀ ਛਕਿਆ ਕਰਦੇ ਸੀ। ਹਮ ਹਮ ਉਹਨਾਂ ਨੇ ਸਤਿਗੁਰਾਂ ਦੀ 45 ਦਿਨ ਤਨਮਨთან ਦੇ ਨਾਲ ਸੇਵਾ ਕੀਤੀ। ਹਮ ਇਹ ਪਿੰਡ ਦਾ ਸਾਡੇ ਪਿੰਡ ਦਾ ਬਹੁਤ ਵੱਡਾ ਇਤਿਹਾਸ ਹੈ ਜੋ ਕਿ ਆਲ ਵਰਦ ਦੇ ਵਿੱਚ ਆਪ ਜ ਆਪ ਜਿਹੇ ਜੇ ਵੀਰਾਂ ਦੀ ਸਦਕਾ ਚੈਨਲ ਅਨੇਕਾਂ ਚੈਨਲ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਇਹ ਨੱਟ ਤੇ ਚਲਾ ਕੇ ਬਹੁਤ ਸਤਿਗੁਰਾਂ ਨੂੰ ਦੂਰ ਦੂਰ ਤੱਕ ਬਾਬਾ ਜੀ ਗੱਲ ਆਵਾ ਵੀ ਅੱਜ ਜ ਚੋਲਾ ਸਾਹਿਬ ਦੇ ਦਰਸ਼ਨ ਕਰੋ। ਤਾ ਮੇਰੇ ਹਿਸਾਬ ਨਾਲ ਇਹੋ ਜਿਹਾ ਚੋਲਾ ਤਾਂ ਉਦੋਂ ਕੋਈ ਰਾਜਾ ਨਹੀਂ ਪਾੰਦਾ ਹੋਣਾ ਕੋਈ ਮਹਾਰਾਜਾ ਨਹੀਂ ਪਾੰਦਾ ਹੋਣਾ ਜਿਸ ਹਾਬ ਨਾਲ ਇਹ ਚੋਲਾ ਸੁਨਹਿਰੀ ਕਪੜਾ ਹੈ ਅੱਜ ਵੀ ਦੇਖੋ ਤੇ ਅੱਜ ਵੀ ਕਾਫੀ ਜੇ ਗੱਲ ਕਰਦੇ ਆ ਕਪੜਾ ਅਸੀਂ ਜੇ ਨਾਰਮਲ ਕਪੜਾ ਵੀ ਅਸੀਂ ਪਾੰਦੇ ਆ ਅਸੀਂ ਉਹਨੂੰ ਕਿੰਨੀ ਦਿਨ ਨਹੀਂ ਪਾੰਦੇ ਤਾਂ ਉਹ ਕੋਈ ਛਿਜਣਾ ਸ਼ੁਰੂ ਹੋ ਜਾਂਦਾ ਕੁਛ ਲਿੰਕ ਹੋਣਾ ਸ਼ੁਰੂ ਹੋ ਜਾਂਦਾ ਕੁਛ ਛੋਟਾ ਹੋਣਾ ਸ਼ੁਰੂ ਹੋ ਜਾਂਦਾ ਤੇ ਅੱਜ ਵੀ ਇਸੇ ਤਰੀਕੇ ਨਾਲ ਪਿਆ ਤੇ ਲੱਗਦਾ ਵੀ ਉਸ ਉਦੋਂ ਕਿੰਨਾ ਸੁੰਦਰ ਹੋਏਗਾ ਗੁਰੂ ਸਾਹਿਬ ਨੇ ਪਾਇਆ ਹੋਏਗਾ ਗੁਰੂ ਸਾਹਿਬ ਵੀ ਬਲੀ ਸੀਗੇ ਗੁਰੂ ਸਾਹਿਬ ਦੀ ਜੇ ਹਾਈਟ ਦੀ ਵੀ ਗੱਲ ਕਰਦੇ ਆ ਕੋਈ ਕਹਿੰਦਾ ਵੀ 7 ਫੁੱਟ ਦੇ ਨਜ਼ਦੀਕ ਉਹਨਾਂ ਦੀ ਜਿਹੜੀ ਆ ਉਹ ਕੱਦ ਸੀਗਾ ਉਹਨਾਂ ਦਾ ਤੇ ਉਹ ਪਾ ਕੇ ਕਿੰਨਾ ਮਤਲਬ ਉਹ ਜੱਚਦਾ ਹੋਏਗਾ ਉਹਨਾਂ ਤੇ ਜਾਂ ਉਹ ਆਪ ਮੇਰੇ ਸਾਹਮਣੇ ਇਹੋ ਜਿਹਾ ਚੋਲਾ ਤਾਂ ਕਿਸੇ ਰਾਜੇ ਦਾ ਵੀ ਨਹੀਂ ਹੋਣਾ ਵੀਰ ਜੀ ਰਾਜੇ ਨੂੰ ਆਪਾਂ ਕਹਦੇ ਨੇ ਬਾਦਸ਼ਾਹ ਹੂੰ ਸਤਗੁਰ ਸੱਚੇ ਬਾਦਸ਼ਾਹ ਸੀ ਹੂੰ ਜਿਹੜਾ ਬਾਦਸ਼ਾਹ ਦਾ ਦਰਜਾ ਹੈ ਨਾ ਉਹ ਰਾਜਾ ਨਹੀਂ ਲੈ ਸਕਦਾ ਰਾਜਾ ਨਹੀਂ ਲੈ ਸਕਦਾ ਰਾਜਾ ਬਾਦਸ਼ਾਹ ਦੇ ਰੂਪ ਚ ਲੈ ਸਕਦਾ ਬਾਦਸ਼ਾਹੀ ਵਣ ਸਕਦਾ ਹਮ ਬਾਦਸ਼ਾਹ ਜੋ ਹੈ ਸਾਰੀ ਕੁਲ ਕਾਇਨਾਤ ਦਾ ਮਾਲਕ ਹੈ ਰਾਜਾ ਕੋਚ ਹਲਕਿਆ ਨਾ ਹੋ ਸਕਦਾ ਹਮ ਉਹਦੇ ਨਾਲ 33 ਕਰੋੜ ਦੇਵਤੀ ਦੇਵਤੇ ਲਾਲੂ ਅਕਾਲ ਪੁਰਖ ਆਪ ਸਰੂਪ ਸੀ ਉਸ ਕਰਕੇ ਇਹ ਤਾਂ ਸਤਗੁਰਾਂ ਜੀ ਆਪ ਦੀ ਆਪ ਦੀ ਬਣਤ ਬਣਾਈ ਹੋਈ ਸੀ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਆ ਕੁਝ ਕੁ ਸਮਝ ਲਓ ਵੀ ਜਿਹੜੀ ਦੇਖਣ ਆਇਓ ਜਗਤ ਤਮਾਸ਼ਾ ਦੇ ਮਹਾਵਾਕ ਅਨਸਾਰ ਵੀ ਇਹ ਤਾਂ ਇੱਕ ਸਤਗੁਰਾਂ ਨੇ ਸਾਨੂੰ ਤਮਾਸ਼ਾ ਦਿਖਾਇਆ ਸੀ ਹਮ ਹਮ ਦੁਨੀਆ ਦਾ ਇਸ ਕਰਕੇ ਉਸ ਵੇਲੇ ਵੀ ਸਤਿਗੁਰੂ ਜੀ ਸਮਰੱਥ ਸੀ ਤੇ ਅੱਜ ਵੀ ਸਮਰੱਥ ਨੇ ਇਹ ਤਾਂ ਚੋਲਾ ਚੜੂ ਇੱਕ ਛੋਟੀ ਜੀ ਗੱਲ ਹੈ ਕਿਸੀ ਸੇਵਾਦਾਰ ਨੇ ਬਣਾਇਆ ਹੋਣਾ ਸਤਿਗੁਰਾਂ ਨੂੰ ਭੇਟ ਕੀਤਾ ਹੋਣਾ ਪਰ ਸਤਿਗੁਰ ਆਪ ਸਰਬ ਕਲਾ ਸਮਰੱਥ ਸੀ ਇਹਨੂੰ ਹੁਣ ਵੀ ਜੁਗਾ ਜੁਗਾ ਤੱਕ ਰੱਖ ਸਕਦੇ ਆ ਸਤਿਗੁਰ ਜੀ ਹੁਣ ਵੀ ਜੋ ਸਾਤੋਂ ਸੇਵਾ ਹੋਈ ਐ ਸਾਡੇ ਪਿੰਡ ਦੀ ਸੰਗਤ ਨੇ ਕੀਤੀ ਐ ਇਸ ਦੀ ਕਲੀਨ ਕਰਾਈ ਐ ਸੰਭਾਲ ਵਾਸਤੇ ਤੇ ਅੱਜ ਵੀ ਅਸੀਂ ਖੋਲ ਕੇ ਚੰਗੀ ਤਰ੍ਹਾਂ ਦਰਸ਼ਨ ਕੀਤੇ ਐ ਉਸ ਵੇਲੇ ਸਾਨੂੰ ਸੁਭਾਗ ਪ੍ਰਾਪਤ ਹੋਇਆ ਪਰ ਜਿੰਦਾ ਲੱਗਿਆ ਹਿਆ ਉਸ ਤੋਂ ਬਾਅਦ ਫਿਰ ਇਸ ਦੀ ਹੁਣ ਦੁਬਾਰਾ ਸੇਵਾ ਨਹੀਂ ਹੋ ਪਾਈ ਪਰ ਬਹੁਤ ਵੱਡਾ ਆਕਾਰ ਇਸ ਚੋਲਾ ਸਭ ਦਾ ਜਿਸ ਕਰਕੇ ਰੁਕ ਜਾ ਰੁਕ ਜਾ ਬਾਬਾ ਜੀ ਯਾਤਨ ਨਿਕਲ ਜਾ ਜਾਂ ਅੱਗੇ ਪਿੱਛੇ ਹੋ ਜਾ ਤੇ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਹੋਈ ਹੈ ਇਹ ਤਾਂ ਕਿਸੇ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਹੀ ਬਣਵਾਇਆ ਸੀ ਕਿੱਥੋਂ ਕੋਈ ਕਪੜਾ ਕਹੇ ਜਾ ਉਸ ਵੇਲੇ ਤਾਂ ਮਸ਼ੀਨਾਂ ਵੀ ਨਹੀਂ ਸੀ ਕਪੜੇ ਵੀ ਹੱਥੀ ਬਣਾਉਂਦੇ ਸੀ ਹਮ ਪਰ ਇਹ ਕਪੜਾ ਦੇਖੋ ਵੀ ਮਸ਼ੀਨਾਂ ਨਾਲੋਂ ਵੀ ਵਧੀਆ ਬਣਿਆ ਮਸ਼ੀਨਾਂ ਨਾਲੋਂ ਵੀ ਵਧੀਆ ਬਣਿਆ ਇਹ ਕਹਿ ਵੀ ਗੱਲ ਆ ਵੀ ਥੋੜੇ ਇਤਿਹਾਸ ਨਾਲ ਵੀ ਜ਼ਰੂਰ ਜਾਣੋ ਕਰ ਦਿਓ ਵੀ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਦੇ ਵਿੱਚ ਉਹਨਾਂ ਨੂੰ ਰੱਖਿਆ ਆਇਆ ਸੀ ਤੇ ਕਿਦਾਂ ਉਹਨਾਂ ਨੇ 52 ਰਾਜਿਆਂ ਨੂੰ ਕਿੱਦਾਂ ਰਿਹਾ ਕਰਾਇਆ ਕਿ ਸਾਰਾ ਇਤਿਹਾਸ ਕੀ ਸੀ ਪਿੱਛੇ ਇਸ ਦੇ ਬਾਰੇ ਵੀ ਜ਼ਰੂਰ ਜਾਣਕਾਰੀ ਦੇ ਦਿਓ ਇਹ ਤਾਂ ਉਹਨਾਂ ਦੇ ਮਤਲਬ ਵੀ ਸਤਗੁਰਾਂ ਨੇ ਆਪ ਨਹੀਂ ਆਪ ਇਹ ਖੇਡ ਬਣਾਈ ਸੀ ਉਸ ਨੂੰ ਸੁਪਨੇ ਦੇ ਵਿੱਚ ਡਰ ਭੈ ਨੂੰ ਜੋ ਦੇਵੀ ਦੇਵਤੇ ਸਤਾਉਂਦੇ ਸੀ ਕਿ ਆਪਣੇ ਆਪ ਹੀ ਉਸ ਦੇ ਮਨ ਦੇ ਵਿੱਚ ਭੈ ਬੈਠਿਆ ਕਿੰਨੋਂ ਕਿੰਨਾਂ ਨੂੰ ਭੈ ਬੈਠੇ ਸੀ ਜਹਾਂਗੀਰ ਬਾਦਸ਼ਾਹ ਨੂੰ ਉਹਨਾਂ ਨੇ ਮਤਲਬ ਵੀ ਸਤਗੁਰਾਂ ਨੂੰ ਉਹਨਾਂ ਦੇ ਸੇਵਾਦਾਰਾਂ ਨੇ ਕਿਹਾ ਕਿ ਨਵੀ ਤੂੰ ਤਾਂ ਬਚ ਸਕਦਾ ਜੇ ਸਤਗੁਰਾਂ ਨੂੰ ਰਿਹਾ ਕਰੇਂਗਾ ਤੂੰ ਤਾਂ ਇੱਕ ਪੀਰ ਪੈਗੰਬਰ অবতার ਨੂੰ ਅਵਤਾਰਾਂ ਨੂੰ ਮਤਲਬ ਵੀ ਉਹਨਾਂ ਨੂੰ ਤੂੰ ਸੱਚੇ ਪੀਰਾਂ ਨੂੰ ਤੁਸੀਂ ਕੈਦ ਕੀਤਾ ਹੋਇਆ ਵੀ ਤੁਹਾਡੀ ਕੁਲ ਦਾ ਨਾਸ ਹੋ ਜਾਏਗਾ ਉਸ ਕਰਕੇ ਉਹਨਾਂ ਨੂੰ ਮਤਲਬ ਵੀ ਡਰ ਪੈ ਬੈਠਿਆ ਸੀਗਾ ਤੇ ਫਿਰ ਸਤਗੁਰਾਂ ਨੇ ਮਤਲਬ ਵੀ ਉਹਨਾਂ ਨੇ ਰਿਹਾ ਕੀਤਾ ਸਤਗੁਰ ਕਹਿੰਦੇ ਨੇ ਭਾਈ ਅਸੀਂ ਤਾਂ ਜਾਣਾ ਨਹੀਂ ਹੂੰ ਜੇ ਅਸੀਂ ਜਾਵਾਂਗੇ ਤਾਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ ਹੂੰ ਉਹ ਬਵੰਜਰ ਰਾਜੇ ਜਿਹੜੇ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੋਜ਼ ਨਤਮਸਤਕ ਹੋ ਕੇ ਟਾਇਟਰੀ ਹੁੰਦੀ ਸੀ ਅਰਦਾਸਾ ਕਰਦੀ ਸੀ ਸਤਿਗੁਰੂ ਜੀ ਸਾਨੂੰ ਇਸ ਜੇਲ੍ਹ ਤੋਂ ਕੈਦ ਤੋਂ ਛਡਾ ਦੇਵੋ ਹੂੰ ਤਾਂ ਸਤਿਗੁਰਾਂ ਨੂੰ ਬੰਦੀ ਛੋੜ ਕੇ ਆ ਗਿਆ ਉਹਨਾਂ ਦੇ ਬੰਦ ਖਲਾਸੀ ਉੱਥੋਂ ਬਵੰਜਰ ਰਾਜਿਆਂ ਦੀ ਕਲਾਈ ਸੀ ਹੂੰ ਫਿਰ ਇਹ ਚੋਲਾ ਲੈ ਕੇ ਸਮਾਇਆ ਸੀ ਉਹ ਰਾਜੇ ਨੇ ਕਹਿ ਦਿੱਤਾ ਸੀ ਜਿੰਨਾ ਤੁਹਾਡੇ ਪੱਲੇ ਫੜਕੇ ਨਿਕੜ ਸਕਦੇ ਨੇ ਉਹਨਾਂ ਨੂੰ ਕਢ ਲਵੋ ਅੱਛਾ ਰਾਜੇ ਨੇ ਅੱਗੋਂ ਕਿਹਾ ਤਾਂ ਵੀ ਪੱਲੇ ਜਿਹੜੇ ਨੇ ਜਿੰਨੇ ਜਿੰਨੇ ਕ ਰਾਜੇ ਤੁਹਾਡਾ ਪੱਲਾ ਫੜਕੇ ਨਿਕਲ ਸਕਦੇ ਆ ਉਨਾਂ ਨੂੰ ਤੁਸੀਂ ਲੈ ਜਾਵੋ ਉਹਨਾਂ ਨੂੰ ਐ ਸੀਗਾ ਵੀ 5 4 10 ਲੈ ਜਾਣਗੇ ਫਿਰ ਸਤਗੁਰਾਂ ਨੇ 52 ਕਲੀਆਂ ਵਾਲਾ ਚੋੜਾ ਤਿਆਰ ਕਰਾਇਆ ਸੀ 50 ਕਲੀਆਂ ਸਿੱਕੀਆਂ ਇੱਕ ਫਿਰ ਕੇ ਮਰਕਸਾ ਖੋਲ ਕੇ ਦੋਹਾਂ ਨੂੰ ਪੱਲਾ ਫੜਾ ਕੇ ਸਤਗੁਰਾਂ ਨੇ ਫਿਰ ਉਹਨਾਂ ਨੂੰ ਬਾਹਰ ਕਰ ਦਿੱਤੀ ਐਸ ਲਈ ਗੁਰੂ ਸਾਹਿਬ ਨੂੰ ਬੰਦੀ ਛੋੜ ਵੀ ਗਿਆ ਸਤਗੁਰ ਬੰਦੀ ਛੋੜ ਹੈ ਹਾਂਜੀ ਇਹ ਸਤਗੁਰਾਂ ਨੂੰ ਐਸੀ ਤਰ੍ਹਾਂ ਮਤਲਬ ਵੀ ਬੰਦੀ ਛੋੜ ਮਤ ਕੇ ਬੰਦ ਕੇ ਆ ਗਿਆ ਤੇ ਸਤਗੁਰਾਂ ਨੇ અપਾਰ ਕਿਰਪਾ ਕੀਤੀ ਹਨ ਤੁਹਾਨੂੰ ਪਤਾ ਹੀ ਹੈ ਨੀਚੋਂ ਉੱਚ ਕਰੇ ਇਤਾਂ ਬਸ ਕਮਲਿਆਂ ਤੋਂ ਵੀ ਕੋ ਛਜੂ ਝੂਰ ਤੇ ਵੀ ਸਤਿਗੁਰਾਂ ਨੇ ਇਸ ਆਠਵੇਂ ਰੂਪ ਦੇ ਵਿੱਚ ਗਿਆਨ ਦਿਆ ਆਠਵੇਂ ਰੂਪ ਦੇ ਵਿੱਚ ਹੂੰ ਐਸੇ ਤਰ੍ਹਾਂ ਵਿਚਾਰੇ ਜੋ ਜੰਗਾ ਜੁੱਦਾਂ ਦੇ ਵਿੱਚ ਵੀ ਸ਼ਹੀਦ ਹੋਈ ਨੇ ਉਹਨਾਂ ਤੋਂ ਵੀ ਸਤਿਗੁਰਾਂ ਨੇ ਕੋਈ ਮਾਤੜ ਮੇਰੇ ਅਰਗਾ ਵੀ ਹੋਊਗਾ ਜ ਜਨਾ ਤੂੰ ਜੰਗ ਕਰਾਤਾ ਹੂੰ ਸਤਿਗੁਰ ਆਪ ਪਰਤਖ ਆਪ ਵਿੱਚ ਵਰਤਦੇ ਸੀ ਆਪ ਸਮਰੱਥਾ ਬਖਸ਼ਦੇ ਸੀ ਸੰਗਾਂ ਨੂੰ ਆਪ ਸੰਗਾਂ ਤੋਂ ਤਪ ਕਰਾਉਂਦੇ ਸੀ ਭਜਨ ਕਰਾਉਂਦੇ ਸੀ ਹੂੰ ਉਹ ਸਰਬ ਕਲਾ ਸਮਰੱਥ ਸੀ ਹੂੰ ਹੂੰ ਇਸ ਤਰ੍ਹਾਂ ਕੋਈ ਦੇਵੀ ਦੇਵਤਾ ਨਹੀਂ ਹੈ ਜਿਹਹੇ ਸਾਡੇ ਸਤਿਗੁਰਾਂ ਦਾ ਇਤਿਹਾਸ ਹੈ। ਹੂੰ। ਪਰ ਅਮੇ ਕੋਈ ਲੱਖ ਦੇਵੀ ਦੇਵਤੇ ਹੋਣ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸਭ ਨੇ ਪਰ ਜਿਹੜਾ ਸਤਿਗੁਰਾਂ ਦੀ ਕਲਾ ਜੋ ਸਤਿਗੁਰਾਂ ਨੇ ਅਚਾਨ ਸਦੀ ਮਤਵੀ ਇਤਿਹਾਸ ਰਚਿਆ ਸਿੱਖਾਂ ਦਾ ਉਸ ਵਰਗੀ ਕੋਈ ਕੋਈ ਇਤਿਹਾਸ ਨਹੀਂ ਹੋ ਸਕਦਾ ਦੁਨੀਆਂ ਤੇ। ਨਾਲੇ ਕਿੱਡੀ ਵੱਡੀ ਗੱਲ ਹੋਏਗੀ ਵੀ ਆ ਰਾਜਾ ਕੇ ਮਹਾਰਾਜ ਆ ਕੇ ਕਹਿੰਦਾ ਵੀ ਤੁਸੀਂ ਚਲੇ ਜਾਓ ਵੀ ਮੈਨੂੰ ਤਾਂ ਸਪਨੇ ਆ ਰਹੇ ਆ ਵੀ ਤੁਸੀਂ ਤਾਂ ਉਹ ਮਰੇ ਹਾਂ ਕਰਦਾ ਤੁਸੀਂ ਚਲੇ ਜਾ ਤਾਂ ਗੁਰੂ ਸਾਹਿਬ ਨੇ ਅਗੋ ਕਿਹਾ ਨਹੀਂ ਮੈਂ ਕੱਲਾ ਨਹੀਂ ਜਾਂਦਾ ਵੀ ਜਿਹੜੇ ਨਾਲ ਕੀ ਕਹਿਆ ਤਾਂ ਸਾਰਿਆਂ ਨੂੰ ਲੈ ਕੇ ਜਾਵਾਂਗਾ। ਹੂੰ ਉਹ ਅੱਜ ਵੀ 52 ਪਿੱਲਰ ਮਤਲਬ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਨੇ ਉਹ 52 ਜਿਹੜੇ ਉਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਉੱਥੇ ਕੈਦ ਨਹੀਂ ਰਹਿਣ ਦਿੱਤਾ ਅੱਜ ਅਸੀਂ ਸਿੰਘ ਜੇ ਕਿਤੇ ਫਸ ਜਾਂਦੇ ਆ ਕੁਝ ਹੋ ਸਕਦਾ ਗੁਰੂ ਸਾਹਿਬ ਸਾਨੂੰ ਕਿੱਦਾਂ ਕੱਲੇ ਛੱਡ ਦੇਣਗੇ ਨਹੀਂ ਜੀ ਸਾਡੇ ਨਾਲ ਆਪ ਪਰਤੱਖ ਵਰਤਦੇ ਨੇ ਸਤਿਗੁਰੂ ਆਪ ਕਿਤੇ ਵੀ ਚਲੇ ਜਾਓ ਜਦੋਂ ਆਪਾਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਦੇਖਦੇ ਆ ਸੱਚੀ ਸੱਚੀ ਸਰਦਾ ਹੋਵੇ ਵਾ ਪਰ ਤੱਕ ਹੁੰਦੇ ਆ ਹਮ अनेਕਾਂ ਤੁਸੀਂ ਇਤਿਹਾਸ ਦੇ ਵਿੱਚ ਦੇਖ ਲਓ ਕੋਈ ਸਾਖੀਆਂ ਪੜੋ ਸਤਿਗੁਰਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਜਿੱਥੇ ਕੋਈ ਨਹੀਂ ਪਹੁੰਚਦਾ ਸਤਿਗੁਰ ਉੱਥੇ ਜਾ ਕੇ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਮ ਤੇ ਇਸ ਕਰਕੇ ਸਤਿਗੁਰ ਛੇਵੇਂ ਪਾਤਸ਼ਾਹ ਆਪ ਬੰਦੀ ਛੋੜ ਪਿਤਾ ਸੀ ਉਹਨਾਂ ਨੇ ਦੁਨੀਆਂ ਦੇ ਬੰਧਨ ਕੱਟੇ ਆ ਹਮ ਤੇ ਸਾਨੂੰ ਜ਼ਾਲਮ ਜ਼ਾਲਮਾਂ ਤੋਂ ਮੁਕਤ ਕਰਾਇਆ ਹਮ ਸਾਨੂੰ ਇਹ ਸਾਡੇ ਬੰਧਨ ਹੀ ਕੱਟੇ ਆ ਸੀ ਗੁਲਾਮੀयां ਭੁਗਤਦੇ ਸੀ ਹਮ ਮੀਰੀ ਪੀਰੀ ਦੇ ਮਾਲਕ ਮੀਰੀ ਪੀਰੀ ਦੇ ਆਪ ਮਾਲਕ ਸੀ ਇੱਕ ਮੀਰੀ ਸੀ ਇੱਕ ਪੀਰੀ ਸੀ ਹਾਂ ਸਤਗੁਰਾਂ ਨੇ ਸਾਦਗੀ ਵੀ ਰੱਖੀ ਹੈ ਤੇ ਫਿਰ ਮਤਲਬ ਵੀ ਜ਼ਾਲਮ ਜੁਲਤ ਦੇ ਨਾਲ ਲੜਨ ਦੇ ਨਾਲ ਵੀ ਸਾਨੂੰ ਸਮਰੱਥਾ ਵੀ ਬਖਸ਼ੀ ਸਮਰੱਥਾ ਵੀ ਬਖਸ਼ੀ ਹੈ ਹੂੰ ਜ਼ਾਲਮਾਂ ਦੇ ਦੰਦ ਵੀ ਇਕੱਠੇ ਕੀਤੇ ਨੇ ਹਾਂਜੀ ਹੂੰ ਜ਼ਾਲਮਾਂ ਨੂੰ ਤਾਂ ਉਹਨਾਂ ਨੂੰ ਤਾਂ ਸਕਲ ਮਤਲਬ ਵੀ ਸਬਕ ਹੀ ਸਿਖਾਤਾ ਦੁਨੀਆ ਨੂੰ ਹੂੰ ਜ਼ਾਲਮਾਂ ਕੀ ਦੁਨੀਆ ਨੂੰ ਸਬਕ ਸਿਖਾਤਾ ਇਤਿਹਾਸ ਰਚਤਾ ਜਿਹੜਾ ਸਾਡਾ ਇਤਿਹਾਸ ਪੜਦਾ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਹੂੰ ਅੱਜ ਗੋਰੇ ਵੀ ਮਤਲਬ ਵੀ ਸੁਚੇਤ ਹੋ ਰਹੇ ਨੇ ਪਰ ਮੇ ਸਾਡੇ ਸਿੱਖ ਭਾਈ ਅੱਜ ਕੁਝ ਫੈਸਲਿਆਂ ਦੇ ਵਿੱਚ ਮਗਰ ਲੱਕੇ ਸਿੱਖ ਗੁਰਸਿੱਖੀ ਤੋਂ ਦੂਰ ਹੋ ਰਹੇ ਨੇ ਪਰ ਉਹਨਾਂ ਨੂੰ ਸਾਡੇ ਸਿੱਖੀ ਸਰੂਪ ਦੇ ਮੁੱਲ ਦਾ ਪਤਾ ਕੁਝ ਸਮੇਂ ਬਾਅਦ ਕੁਝ ਸਮੇਂ ਤੱਕ ਪਤਾ ਲੱਗ ਜਾਂਦਾ ਸਮਾਂ ਆਪੇ ਤੇ ਜਦੋਂ ਸਾਡੇ ਤੇ ਕੋਈ ਦੁੱਖ ਆ ਜਾਂਦਾ ਜਦੋਂ ਸਤਿਗੁਰਾਂ ਦੀ ਸਰਨ ਚਾਹੁੰਦੇ ਨੇ ਫਿਰ ਆਪੇ ਮੁੜੇ ਜਾਂਦੇ ਨੇ ਜਿੱਥੇ ਮਰਜੀ ਚਲਾ ਜਾ ਮੋੜ ਕੇ ਤਾਂ ਇੱਥੇ ਮੁੜ ਕੇ ਆਉਣਾ ਪੈਣਾ ਸਤਿਗੁਰੂ ਨੇ ਕਹਤਾ ਖੁਵਾਰ ਹੋਏ ਸਭ ਮਿਲेंगे ਬਚੇ ਸਰਨ ਜਿਓ ਬਸ ਇਹੀ ਹੈ ਵੀ ਕਲਯੁਗ ਦੇ ਵਿੱਚ ਤਾਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਸਮਾਂ ਪਾਰ ਹੋ ਸਕਦਾ ਹੂੰ ਅ ਬਾਬਾ ਜੀ ਕੁਝ ਇਤਨਾ ਕਲੀਆਂ ਬਾਰੇ ਮੇਰੇ ਕੋਲ ਸਵਾਲ ਰਹਿ ਗਿਆ ਹੋਇਆ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਕੋਈ ਕੁਝ ਤੁਸੀਂ ਦੱਸ ਸਕਦੇ ਹੋ ਵੀ ਕਲੀਆਂ ਕਿਸ ਹਿਸਾਬ ਨਾਲ ਆਇਆ ਕਿਉਂਕਿ ਮੈਂ ਦੇਖ ਰਿਹਾ ਵੀ ਇਧਰਲੀ ਸਾਈਡ ਕਲੀਆਂ ਨੇ ਥੱਲੇ ਜਿਹੜਾ ਪ੍ਰੋਪਰਲੀ ਚੋਲਾ ਬਣਾਇਆ ਆਇਆ ਇਸ ਦੇ ਬਾਰੇ ਹੋਰ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ ਜੀ ਇਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਈ ਜਿਹੜੀਆਂ ਕਲੀਆਂ ਨੇ ਹੁਣ ਕਲੀਆਂ ਨੀਰੀਆ ਪੂਰੀਆਂ ਉੱਥੇ ਤੱਕ ਨਹੀਂ ਹੋ ਸਕਦੀਆਂ ਐਸੀ ਕਿਆ ਇਹ ਜਿਹੜੇ ਟੇਡੇ ਪੱਲੇ ਬਣਾਏ ਹੋਏ ਨੇ ਜਿਵੇਂ ਆਪਾਂ 셔ਟ ਨੂੰ ਬਟਨ ਲੱਗੇ ਹੋਏ ਨੇ ਇਸ ਤਰੀਕੇ ਨਾਲ ਲੱਗੇ ਹੋਏ ਨੇ ਹੂੰ ਇਹ ਉਦੋਂ ਖੋਲਦਾ ਸੀ ਸਤਗੁਰਾਂ ਨੇ ਇਦਾਂ ਅੱਛਾ ਪੂਰਾ ਖੋਲਦਾ ਸੀ ਖੋਲਦਾ ਸੀ ਆ ਬਸ ਮੋਢਿਆਂ ਤੇ ਪਾਇਆ ਹੋਇਆ ਸੀ ਮਗਰੋਂ ਖੋਲ ਕੇ ਉਹਨਾਂ ਨੂੰ ਪੱਲਾ ਚੋੜਾ ਕਰਕੇ ਸਾਰਿਆਂ ਨੂੰ ਕਲੀਆਂ ਫੜਾਈਆਂ ਹੋਈਆਂ ਸੀ ਹੂੰ ਉਸ ਤਰੀਕੇ ਨਾਲ ਇਹਦੇ ਨਾਲ ਇਹ ਪੱਲਿਆਂ ਦੇ ਨਾਲ ਟਣੀਆਂ ਲੱਗੀਆਂ ਹੋਈਆਂ ਨੇ ਇਦਾਂ ਵੀ ਹੂੰ ਥੱਲੇ ਵੀ ਪੱਲਿਆਂ ਨੂੰ ਲੱਗੀਆਂ ਹੋਈਆਂ ਨੇ ਜੋ ਬੱਚੇ ਸੀ ਫਿਰ ਉਹਨਾਂ ਨੂੰ ਕਮਰਕਸਾ ਬਣਾਤਾ ਸੀ ਨਾ ਕਿ ਹੂੰ ਜਿਹੜੇ ਬੱਚੇ ਜਿਹੜੇ ਤੋਂ ਰਹਿ ਗਏ ਉਹਨਾਂ ਨੂੰ ਕਮਰਕਸਾ ਬਣ ਕੇ ਢਾਉਂਦੇ ਉਹਨਾਂ ਤੇ ਕਹਿੰਦਾ ਪਾਈ ਤੁਸੀਂ ਵੀ ਆਓ ਹੂੰ ਫਿਰ ਉਹ ਰਾਜੇ ਨੂੰ 52 ਰਾਜਿਆਂ ਨੂੰ ਅੱਜ ਵੀ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ 52 ਪਿੱਲਰ ਮੋਕੇ ਤੇ ਗਵਾਹ ਨੇ ਜਿਨ੍ਹਾਂ ਨਾਲ ਉਹ ਰਾਜੇ ਬੰਨੇ ਹੁੰਦੇ ਸੀ ਰਾਜੇ ਬੰਨੇ ਹੁੰਦੇ ਸੀ ਹਾਂ ਵੀ ਉਸ ਕਰਕੇ ਉਹ ਚੋਲਾ ਸਾਹਿਬ ਇਹ ਸਤਗੁਰਾਂ ਨੇ ਸਾਨੂੰ ਦਿੱਤਾ ਸਾਡਾ ਬੰਦੀ ਛੋੜ ਦੇ ਦਿਵਸ ਦੀਵਾਲੀ ਦੇ ਰੂਪ ਦੇ ਵਿੱਚ ਜੋ ਆਪਾਂ ਮਨਾਉਂਦੇ ਆ ਬਹੁਤ ਗੂੜਾ ਸੰਬੰਧ ਹੈ ਬੜੀਆਂ ਸੰਗਤਾਂ ਦਿਵਾਲੀ ਦੇ ਦਿਨ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਸਾਡਾ ਬੜਾ ਮੰਤਬਈ ਸੁਹਾਗਾ ਦਿਨ ਹੁੰਦਾ ਹ ਹ ਤੇ ਇਸ ਤਰੀਕੇ ਨਾਲ ਹੁਣ ਦਿਵਾਲੀ ਆ ਰਹੀ ਹੈ ਸੰਗਤਾਂ ਦੀ ਬਹੁਤ ਆਵਾਜ਼ਾਈ ਸ਼ੁਰੂ ਹੋ ਜਾਣੀ ਹੈ ਇੱਕ ਐਵੀ ਗੱਲ ਹੈ ਜਿੱਥੇ ਅਸੀਂ ਦਰਬਾਰ ਸਾਹਿਬ ਵੀ ਜਾਂਦੇ ਆ ਕਿਉਂਕਿ ਗੁਰੂ ਸਾਹਿਬ ਉੱਥੇ ਆਏ ਸੀ ਦੂਜੇ ਪਾਸੇ ਇੱਥੇ ਵੀ ਆ ਜ਼ਰੂਰ ਮੈਂ ਕਵਾਂਗਾ ਵੀ ਆਣਾ ਚਾਹੀਦਾ ਇੱਥੇ ਵੀ ਨਤਮਸਤਕ ਹੋਣ ਜ਼ਰੂਰ ਆਣਾ ਚਾਹੀਦਾ ਕਿਉਂਕਿ ਜਿਹੜੀ ਉਹਨਾਂ ਦੀ ਮੇਨ ਜਿਹੜਾ ਚੋਲਾ ਸਾਹਿਬ ਹੈ ਮੇਨ ਜਿਹੜੇ ਉਹਨਾਂ ਦੇ ਚਿੰਨ੍ਹ ਨੇ ਉਹ ਇੱਥੇ ਪਏ ਹੋਏ ਨੇ ਹਾਂਜੀ ਇੱਥੇ ਸਤਿਗੁਰਾਂ ਨੇ ਨਿਸ਼ਾਨੀ ਬਖਸ਼ ਸਤਗੁਰ 45 ਦਿਨ ਰਹੇ ਨੇ ਸਤਗੁਰ ਤਾਂ ਆਪ ਸਮਰੱਥ ਸੀ ਸਾਨੂੰ ਸਿੱਖਿਆ ਦੇਣ ਵਾਸਤੇ ਉਹਨਾਂ ਨੇ ਸਵਾ ਮਹੀਨਾ ਤਪ ਕੀਤਾ ਸਿੰਘਾਂ ਤੋਂ ਜੁਦ ਕਰਾਉਣੇ ਸੀ ਉਹਨਾਂ ਨੂੰ ਸਮਰੱਥਾ ਦੇਣੀ ਸੀ ਉਹਨਾਂ ਤੋਂ ਤਪ ਕਰਵਾਇਆ ਇੱਥੇ ਇੱਥੇ ਗੁਰਦੁਆਰੇ ਨਮ ਸਰ ਸਾਹਿਬ ਇੱਥੇ ਸਤਗੁਰ ਸੰਗਤਾਂ ਨੂੰ ਮਿਲਿਆ ਕਰਦੀ ਸੀ ਹੂੰ ਉਹ ਕਹਿੰਦੇ ਭਾਈ ਜਿੰਨਾ ਮਰਜੀ ਕੋਈ ਸਾਹੂਕਾਰ ਹੋਵੇ ਸੰਗਤਾਂ ਦਾ ਇਕੱਠ ਕਿਸੇ ਦੇ ਘਰੇ ਨਹੀਂ ਹੋ ਸਕਦਾ ਮਤਲਬ ਤੁਸੀਂ ਕਹਿ ਰਹੇ ਹੋ ਵੀ ਜਿੰਨਾ ਟਾਈਮ ਇੱਥੇ ਰਹੇ ਤਾਂ ਸਿੱਖੀ ਦਾ ਧੂਰਾ ਬਣਾ ਕੇ ਨੂਰੇ ਨੇ ਹਾਂਜੀ ਇੱਥੇ ਸਤਗੁਰੂ ਤਖਤ ਸਾਂ ਜਾ ਕੇ ਦੀਵਾਨ ਕਰਨ ਲੱਗਿਆ ਕਰਦੇ ਸੀ ਸੰਗਤਾਂ ਨੂੰ ਮਿਲਿਆ ਕਰਦੇ ਸੀ ਉੱਥੇ ਸਤਗੁਰੂ ਦੀਵਾਨ ਅੰਮ੍ਰਿਤ ਵੇਲੇ ਜਾ ਕੇ ਭਜਨ ਪਾਠ ਕਰਕੇ ਸਿੰਘਾਂ ਦੇ ਨਾਲ ਆਪ ਚੁਕੜਾ ਲਾ ਕੇ ਸਮਾਧੀ ਦੇ ਵਿੱਚ ਈਨ ਹੋਇਆ ਕਰਦੇ ਸੀ ਸਤਗੁਰਾਂ ਦਾ ਬਾਬਾ ਸੂਰਤਿਆ ਜੀ ਨੇ ਮੰਜੀ ਬਣਾ ਕੇ ਦਿੱਤੀ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉੱਥੇ ਬਾਦਸਾਪ ਪਿਆ ਸਤਗੁਰਾਂ ਦਾ ਮੰਜੀ ਤੇ ਆਸਣ ਲੱਗ ਜਾਂਦਾ ਸੀ ਤੇ ਸਿੰਘਾਂ ਨੇ ਆਪਣੇ ਧਰਤੀ ਤੇ ਪੁੰਜੇ ਆਸਣ ਲਾ ਕੇ ਸਮਾਧੀ ਦੇ ਵਿੱਚ ਈਨ ਹੋਣਾ ਦਿਲ ਚੜਿਆ ਆਕੇ ਬਬੀ ਸੂਤੀ ਦੇ ਘਰੇ ਆਕੇ ਜਲ ਪਾਣੀ ਛਕਿਆ ਕਰਦੇ ਸੀ ਆ ਜੋੜਾ ਸਾਹਿਬ ਵੀ ਇੱਥੇ ਪਿਆ ਹੈ ਹਾਂਜੀ ਤੇ ਇੱਕ ਵਾਰੀ ਕੈਮਰਾਮੈਨ ਨੂੰ ਕਮਾਗਾ ਵੀ ਦਿਖਾਵੇ ਦਿਓ ਤੇ ਇਹ ਜੋੜਾ ਸਾਹਿਬ ਗੁਰੂ ਸਾਹਿਬ ਦਾ ਆਪਣਾ ਜੋੜਾ ਸਾਹਿਬ ਹਾਂਜੀ ਸਤਗੁਰਾਂ ਨੇ ਆਪ ਨਿਸ਼ਾਨੀ ਬਖਸੀ ਸੀ ਇਸ ਦੇ ਬਾਰੇ ਜੋ ਕੀ ਹੈ ਨਿਸ਼ਾਨੀ ਸਤਗੁਰਾਂ ਦੀ ਪਰ ਦੂਜਾ ਜੋੜਾ ਕੁਝ ਸੰਗਤਾਂ ਤੋਂ ਵਿਚਾਰ ਮਿਲੇ ਨੇ ਕਹਿੰਦੇ ਵੀ ਜੋ ਗੁਰੂ ਸਰਸੁਧਾਰ ਪਿਆ ਦੇ ਨਾਲ ਦਾ ਜੋੜਾ ਅੱਛਾ ਹਾਂਜੀ ਉਸ ਸਦਾਰ ਹਾਂ ਹਾਂ ਉੱਥੇ ਕਿਸੇ ਨੂੰ ਨਿਸ਼ਾਨੀ ਦਿੱਤੀ ਹੋਗੀ ਕਿਉਂ ਸੰਗਤਾਂ ਨਿਸ਼ਾਨੀਆਂ ਮੰਗਦੇ ਰਹਿੰਦੇ ਸੀ ਮੰਗੀਆਂ ਨਹੀਂ ਹੁੰਦੀਆਂ ਸੀ ਤੇ ਉਸ ਤਰੀਕੇ ਨਾਲ ਇਹ ਵੀ ਹੈ ਛੇਵੇਂ ਪਾਸ਼ਾ ਮਹਾਰਾਜ ਜਦੇ ਜੁੜਾ ਹੂੰ ਪਰ ਇੱਕੋ ਹੀ ਜੋੜਾ ਸਾਡੇ ਕੋਲੇ ਜੁਝੂਕਦਾ ਹੈ ਅੱਛਾ ਫਤਿਹ ਦੀ ਸਾਂਝ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤ ਵਿੱਚ ਫਤਿਹ ਤਾਂ ਮੈਂ ਬੁਲਾਤੀ ਪਰ ਅੰਤ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਜਿਹੜੇ ਇਸ ਵੀਡੀਓ ਰਾਹੀਂ ਇਤਿਹਾਸ ਨਾਲ ਜਾਣੂ ਹੋ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਆਖਣਾ ਚਾਹੋਗੇ ਮੈਂ ਤਾਂ ਮੇਰਾ ਇੱਕੋ ਹੀ ਉਪਦੇਸ਼ ਹੈ ਸੰਦੇਸ਼ ਹੈ ਸਾਰੀ ਸਿੱਖ ਸੰਗਤ ਜਗ ਸਾਰੀ ਜਗਤ ਦੀ ਸਿੱਖਾ ਸੰਗਤਾਂ ਨੂੰ ਵੀ ਗੁਰੂ ਦੇ ਲਨ ਲਾ ਕੇ ਤੇ ਅੰਮ੍ਰਿਤ ਪਾਣ ਛੱਕ ਕੇ ਗੁਰੂ ਦੀ ਸਿੱਖੀ ਸਰੂਪ ਦੇ ਵਿੱਚ ਆਵੋ ਸਤਿਗੁਰਾਂ ਤੋਂ ਮਤਲਬ ਨਹੀਂ ਲੜ ਲੱਗ ਜਾਵੋ ਨਹੀਂ ਫਿਰ ਆਉਣ ਵਾਲਾ ਸਮਾਂ ਕਹੇਲ ਜੁਗ ਦਾ ਬਹੁਤ ਭਿਆਨਕ ਹੈ ਫਿਰ ਮੁੜ ਕੇ ਮਤਲਬ ਵੀ ਫੇਰ ਆਵੋਗੇ ਉਸਤੇ ਕੋਈ ਫਾਇਦਾ ਨਹੀਂ ਹੈ ਜਿਵੇਂ ਸਤਿਗੁਰਾਂ ਨੇ ਕਿਹਾ ਬਚਾ ਸਰਣ ਜੋ ਹੋਏ ਵੀ ਸਰਣ ਦੇ ਵਿੱਚ ਆ ਕੇ ਬਚੋ ਬਚ ਹੋਊਗਾ ਇਹ ਭਿਆਨਕ ਸਮੇਂ ਦੇ ਵਿੱਚ ਆ ਕੇ ਫਿਰ ਉਹਨਾਂ ਨੂੰ ਬੜਾ ਪਸਤਾਵਾ ਹੋਊਗਾ ਵੀ ਜੇ ਅਸੀਂ ਸਤਗੁਰਾਂ ਦੀ ਸ਼ਰਣ ਦੇ ਵਿੱਚ ਹੁੰਦੇ ਤਾਂ ਅਸੀਂ ਬਚ ਜਾਂਦੇ ਕਿਉਂਕਿ ਕਲਯੁਗ ਹੈ ਹੋਰ ਕਲਯੁਗ ਆਉਣਾ ਇਸ ਤੋਂ ਵੀ ਹੋਰ ਗਾਂ ਵਧੇਗਾ ਸਾਡੇ ਦੁੱਖਾਂ ਦੇ ਪਹਾੜ ਟੁੱਟਣਗੇ ਗੁਲਾਮੀਆਂ ਆਉਣਗੀਆਂ ਉਸ ਤੋਂ ਪਹਿਲਾਂ ਇਹ ਹੈ ਸਤਗੁਰਾਂ ਦੇ ਚਰਨਾਂ ਦੇ ਵਿੱਚ ਰਹੋ ਸਮਰੱਥਾ ਦੇ ਵਿੱਚ ਸਮਰੱਥਾ ਮਿਲੂਗੀ ਤਾਂ ਅਸੀਂ ਉਸ ਕਲਯੁਗ ਦੇ ਨਾਲ ਵੀ ਲੜਨ ਦੀ ਸਮਰੱਥਾ ਰੱਖਾਂਗੇ ਤੇ ਜ਼ਾਲਮਾਂ ਨਾਲ ਵੀ ਲੜਨ ਦੀ ਸਮਰੱਥਾ ਰੱਖਾਂਗੇ ਸੇ ਸਤਗੁਰ ਜੀ ਅਪਾਰ ਕਿਰਪਾ ਆਪਣੇ ਸਿੱਖਾਂ ਤੇ ਹੀ ਰੱਖਦੇ ਆ ਜਿਹੜਾ ਸਤਗੁਰਾਂ ਦਾ ਬਣਦਾ ਫਿਰ ਸਤਗੁਰੂ ਨੂੰ ਉਹਨੂੰ ਪਹਾੜ ਉਤਾਰ ਦੇਂਦੇ ਲੋਕ ਖੁਸ਼ੀਏ ਪਰ ਲੋਕ ਸੁਹੇਲੇ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ